ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਆ ਅੱਜ ਕੁਝ ਗੱਲਾਂ-ਬਾਤਾਂ, ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਇੱਕ ਮਸਲਾ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ। ਮਾਮਲਾ ਥੋੜਾ ਜਿਹਾ ਗੰਭੀਰ ਆ। ਕੈਕਟਰਸ ਕਲੱਬ ਕੋਕਟਲਮ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਘਟਨਾ ਵਾਪਰੀ ਆ। ਉੱਥੇ ਇੱਕ ਗਰੁੱਪ ਖਾਣਾ ਖਾਣ ਦੇ ਲਈ ਉਸ ਕਲੱਬ ਦੇ ਵਿੱਚ ਗਿਆ। ਉਸ ਕਲੱਬ ਦੇ ਅਧਿਕਾਰੀਆਂ ਨੂੰ ਉਹਨਾਂ ਨੇ ਅੰਦਰ ਵੜਨ ਨਹੀਂ ਦਿੱਤਾ, ਅੰਦਰ ਬੈਠਣ ਨਹੀਂ ਦਿੱਤਾ। ਕਾਰਨ ਉਹਦਾ ਇਹ ਦੱਸਿਆ ਜਾ ਰਿਹਾ ਕਿ ਉਹ ਕਹਿੰਦੇ ਤੁਸੀਂ ਗਲਤ ਕਿਸਮ ਦੇ ਲੋਕ ਆ। मतलब ਉਹਨਾਂ ਨੂੰ ਕਿਹਾ ਇਤਰਾਜ਼ ਕੀਤਾ ਗਿਆ ਹਾਲਾਂਕਿ ਨਾ ਉਹਨਾਂ ਦੀਆਂ ਆਈਡਿਜ਼ ਚੈੱਕ ਕੀਤੀਆਂ ਗਈਆਂ ਨਾ ਉਹਨਾਂ ਦਾ ਕੋਈ ਬੈਕਗ੍ਰਾਉਂਡ ਚੈੱਕ ਕੀਤਾ ਗਿਆ ਵੀ ਇਹਨਾਂ ਦਾ ਕੋਈ ਕ੍ਰਿਮੀਨਲ ਰੈਕર્ડ ਆ ਜਾਂ ਇਸ ਕਿਸਮ ਦੇ ਬੰਦੇ ਆ ਇਹ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਯੂਨੀਵਰਸਿਟੀ ਦੇ ਸਟੂਡੈਂਟ ਉਹ ਸੀਗੇ ਤੇ ਉਹਨਾਂ ਸਟੂਡੈਂਟਸ ਦੇ ਵਿੱਚ ਪੰਜਾਬੀ ਦੱਸੇ ਜਾ ਰਹੇ ਆ ਕਿ ਪੰਜਾਬੀ ਉਹਦੇ ਵਿੱਚੋਂ ਗਰੁੱਪ ਦੇ ਵਿੱਚ ਸ਼ਾਮਿਲ ਸੀਗੇ ਤੇ ਉਹ ਜਿਹੜੇ ਨੌਜਵਾਨ ਜਿਨ੍ਹਾਂ ਨੂੰ ਬਾਹਰ ਕੱਢਿਆ ਗਿਆ ਉੱਥੇ 12-15 ਜਣਿਆਂ ਨੂੰ ਉਹ ਇਤਰਾਜ਼ ਕਰ ਰਹੇ ਆ ਕਿ ਸਾਨੂੰ ਸਿਰਫ ਸਾਡੇ ਭੂਰੇ ਰੰਗ ਕਰਕੇ ਉਹਨੇ ਰੈਸਟੋਰੈਂਟ ਦੇ ਵਿੱਚੋਂ ਬਾਹਰ ਕੱਢ ਦਿੱਤਾ ਕੋਈ ਜ਼ਮਾਨਾ ਹੁੰਦਾ ਸੀ ਕੈਨੇਡਾ ਦੇ ਵਿੱਚ ਇਸ ਕਿਸਮ ਦਾ ਰੇਸਿਜ਼ਮ ਹੁੰਦਾ ਸੀ ਕਿ ਜਿਹੜੇ ਇਸ ਤਰ੍ਹਾਂ ਦੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਸੀ ਕਿ ਤੁਸੀਂ ਇੱਥੇ ਨਹੀਂ ਆ ਸਕਦੇ ਉਹਨਾਂ ਦੀ ਰੇਸਿਜ਼ਮ ਉਹਨਾਂ ਦੇ ਨਾਲ ਇਹ ਕੀਤਾ ਜਾਂਦਾ ਸੀ ਪਰ ਇਸ ਮਾਮਲੇ ਦੇ ਵਿੱਚ ਇੱਕ ਅਜੀਬ ਗੱਲ ਸਾਹਮਣੇ ਆਈ ਹੈ ਉਹ ਇਹ ਮੰਨਣਾ ਉਹਨਾਂ ਦਾ ਕਿ ਤੁਸੀਂ ਗੈਂਗਸਟਰ ਹੋ ਦੂਜੇ ਅਰਥਾਂ ਦੇ ਵਿੱਚ ਇਹ ਸਮਝਿਆ ਜਾਵੇ ਕਿ ਜਿਹੜੇ ਪੰਜਾਬੀ ਨੇ ਇਹਨਾਂ ਨੂੰ ਗੈਂਗਸਟਰ ਸਮਝਿਆ ਜਾ ਰਿਹਾ ਇਹ ਗਲਤੀ ਆ ਉਸ ਕਲੱਬ ਵਾਲਿਆਂ ਨੇ ਮਾਫੀ ਮੰਗੀ ਆ ਆਰਸੀਐਮਪੀ ਨੇ ਵੀ ਇਹਦੇ ਵਿੱਚ ਆ ਉਹਨੂੰ ਪੁਲਿਸ ਨੂੰ ਬੁਲਾਇਆ ਗਿਆ ਉੱਥੇ ਫਿਰ ਪੁਲਿਸ ਨੇ ਵੀ ਉਹਨਾਂ ਨੂੰ ਉੱਥੋਂ ਲੈ ਗਏ ਕਿ ਇਹ ਕੋਈ ਗੜਬੜ ਇੱਥੇ ਹੋ ਰਹੀ ਆ ਹੁਣ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਰੌਲਾ ਪਾਇਆ ਕਿ ਸਾਡਾ ਕਸੂਰ ਦੱਸੋ ਸਾਨੂੰ ਕਿਉਂ ਕੱਢਿਆ ਗਿਆ ਜਾਂ ਸਾਡੀ ਐਸ ਕਿਸਮ ਦੀ ਪ੍ਰੋਫਾਈਲਿੰਗ ਕਿਉਂ ਕੀਤੀ ਗਈ ਕਿ ਅਸੀਂ ਕੋਈ ਗੈਂਗਸਟਰ ਆ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਅਜੀਬ ਤੇ ਵੱਖਰੀ ਘਟਨਾ ਹੈ ਇਹਦੇ ਸੰਬੰਧੀ ਅਸੀਂ ਮੀਰਾ ਗਲਜੀ ਦੇ ਨਾਲ ਇੱਕ ਖਾਸ ਗੱਲਬਾਤ ਕੀਤੀ ਹਾਜ਼ਰ ਹੈ ਤੁਹਾਡੇ ਲਈ ਉਹ ਗੱਲਬਾਤ ਅੱਜ ਇੱਕ ਗੰਭੀਰ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅਸੀਂ ਤੁਹਾਡੇ ਕੋਲ ਹਾਜ਼ਰ ਹੋਏ ਹਾਂ ਕੁਝ ਦਿਨ ਪਹਿਲਾਂ ਦਾ ਮਾਮਲਾ ਕੋਕਟਲਮ ਦੇ ਵਿੱਚ ਇੱਕ ਕਲੱਬ ਦੇ ਵਿੱਚ ਕੁਝ ਮੁੰਡੇ ਕੁੜੀਆਂ ਜਾਂਦੇ ਆ 12 ਗਿਣਤੀ ਦੱਸੀ ਜਾ ਰਹੀ ਹੈ ਉਹਨਾਂ ਦੇ ਵਿੱਚ ਕੁਝ ਪੰਜਾਬੀ ਨੇ ਉਹ ਜਦੋਂ ਉੱਥੇ ਜਾਂਦੇ ਆ ਰੈਸਟੋਰੈਂਟ ਉਹਨਾਂ ਨੂੰ ਅੰਦਰ ਵੜਨ ਤੋਂ ਨਾ ਕਰ ਦਿੰਦਾ ਕਾਰਨ ਇਹ ਦੱਸਦੇ ਆ ਕਿ ਤੁਸੀਂ ਗੈਂਗਸਟਰ ਆ ਜਾਂ ਤੁਸੀਂ ਗੈਂਗਸਟਰਾਂ ਵਰਗੇ ਲੱਗਦੇ ਆ ਕੋਈ ਉਹਨਾਂ ਦੀ ਆਈਡੀ ਚੈੱਕ ਨਹੀਂ ਕੀਤੀ ਕੋਈ ਉਹਨਾਂ ਦਾ ਕ੍ਰਿਮੀਨਲ ਰੈਕੋਰਡ ਚੈੱਕ ਨਹੀਂ ਕੀਤਾ ਸਿੱਧਾ ਸਿੱਧਾ ਉਹਨਾਂ ਨੂੰ ਗੈਂਗਸਟਰ ਕਹਿ ਕੇ ਵਾਰਡਨ ਤੋਂ ਨਾ ਕਰ ਦਿੱਤੀ ਉਹਦੇ ਤੋਂ ਬਾਅਦ ਉੱਥੇ ਪੁਲਿਸ ਨੂੰ ਸੱਦਿਆ ਜਾਂਦਾ RCMP ਆਉਂਦੀ ਆ ਉਹ ਉਹਨਾਂ ਨੂੰ ਫੜ ਕੇ ਤੋੜ ਦਿੰਦੀ ਆ ਉਹ ਗਰੁੱਪ ਇਹ ਕਹਿ ਰਿਹਾ ਵੀ ਬਿਨਾਂ ਸਾਡੀ ਆਈਡੀ ਚੈੱਕ ਕੀਤੇ ਉਹ ਬਿਨਾਂ ਸਾਡਾ ਕੋਈ ਕ੍ਰਿਮੀਨਲ ਰੈਕੋਰਡ ਚੈੱਕ ਕੀਤੇ ਆ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਕੈਨੇਡਾ ਦੇ ਵਿੱਚ ਇੱਕ ਰੈਸਟੋਰੈਂਟ ਸਾਨੂੰ ਅੰਦਰ ਵੜਨ ਤੋਂ ਨਾ ਕਰ ਦੇਵੇ ਅੱਜ ਉਹਨਾਂ ਨੇ ਮਾਫੀ ਵੀ ਮੰਗ ਲਈ ਆ ਉਸ ਰੈਸਟੋਰੈਂਟ ਦੀ ਪੂਰੀ ਚੇਨ ਆ ਉਹਨਾਂ ਨੇ ਮਾਫੀ ਮੰਗ ਲਈ ਆ ਕਿ ਜਿਹੜੇ ਕੈਕਟਸ ਕਲੱਬ ਨੇ ਕਿ ਅਸੀਂ ਇਹ ਗਲਤ ਕੀਤਾ ਅਸੀਂ ਇਹਦੇ ਲਈ ਮਾਫੀ ਮੰਗਦੇ ਆ ਪਰ ਸਵਾਲ ਬਹੁਤ ਵੱਡਾ ਆ ਇੱਕ ਰੇਸਿਜ਼ਮ ਕਿਤੇ 100 ਸਾਲ ਪਹਿਲਾਂ ਅਸੀਂ ਸੁਣਦੇ ਸੀ ਕਿ ਇਹ ਉਹਦਾ ਇੱਕ ਰੂਪ ਆ ਉਹ ਰੇਸਿਜ਼ਮ ਹੋਰ ਸੀ ਇਹ ਰੇਸਿਜ਼ਮ ਦਾ ਤਰੀਕਾ ਬਦਲ ਗਿਆ ਇਹ ਕਹਿਣਾ ਕਿ ਤੁਸੀਂ ਗੈਂਗਸਟਰ ਹੋ ਜਾਂ ਗੈਂਗਸਟਰਾਂ ਵਰਗੇ ਹੋ ਇੱਕ ਬਹੁਤ ਗੰਭੀਰ ਮੁੱਦਾ ਆ ਹਾਰੇਕ ਕੌਮ ਦੇ ਵਿੱਚ ਮਾੜੇ ਚੰਗੇ ਬੰਦੇ ਹੁੰਦੇ ਆ ਸਿਰਫ ਤੇ ਸਿਰਫ ਇਹਨਾਂ ਨੂੰ ਇਸ ਕਰਕੇ ਵੀ ਇਹਨਾਂ ਦਾ ਰੰਗ ਭੂਰਾ ਆ ਬ੍ਰਾਊਨ ਰੰਗ ਦੇ ਨੇ ਇਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ ਅ ਮੀਰਾ ਜੀ ਸਾਡੇ ਨਾਲ ਨੇ ਕਾਫੀ ਇਸ ਮੌਲੇ ਦੇ ਉੱਤੇ ਲੰਬੇ ਸਮੇਂ ਤੋਂ ਗੱਲਬਾਤ ਕਰਦੇ ਰਹਿੰਦੇ ਨੇ ਉਹਨਾਂ ਦੇ ਨਾਲ ਅਸੀਂ ਕਰਦੇ ਆ ਮੀਰਾ ਜੀ ਇਹ ਜਿਹੜਾ ਇਨਸੀਡੈਂਟ ਹੋਇਆ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਲੰਬੇ ਸਮੇਂ ਤੋਂ ਇਹਦੇ ਨਾਲ ਜੁੜੇ ਹੋ ਆਪਣੇ ਗਲੋਬਲ ਵਿਲੇ ਸੰਸਥਾ ਦੇ ਨਾਲ ਵੀ ਗੈਂਗਸਟਰ ਕਹਿ ਕੇ ਬਾਹਰ ਕੱਢ ਦੇਣਾ ਕੀ ਲੱਗਦਾ ਜੀ ਬੈਲਿੱਟਸ ਮੈਨ ਲਗਾ ਕੇ ਆਪਣੀ ਕਮਿਊਨਿਟੀ ਨੂੰ ਜਾਂ ਓਵਰਆਲ ਕੈਨੇਡੀਅਨ ਸੋਸਾਇਟੀ ਉਸ ਨੂੰ ਰੀਅਲਾਈਜ਼ ਕਰ ਲੈਣਾ ਚਾਹੀਦਾ ਕਿ ਇਹ ਇਕਾਦੁੱਕਾ ਇਨਸੀਡੈਂਟ ਨਹੀਂ ਹੈ ਇਹ ਜ਼ਰੂਰ ਹੈ ਕਿ ਸ਼ਾਇਦ ਇਹ ਪਹਿਲਾ ਇਨਸੀਡੈਂਸ ਹੈ ਜਿਹੜਾ ਓਪਨਲੀ ਪਬਲਿਕ ਦੇ ਵਿੱਚ ਆ ਗਿਆ ਮੈਂ ਤੰਦ ਸਕਦੀ ਹਾਂ ਵੀ ਐਜ਼ ਅ ਪੈਰੈਂਟ ਜਾਂ ਆਪਣੇ ਜਿਹੜੇ ਐਕਟਿਵਿਸਟ ਹੈਗੇ ਆ ਮੈਨੂੰ ਕਈ ਬੱਚਿਆਂ ਨੇ ਇਹ ਗੱਲ ਦੱਸੀ ਹੈ ਕਿ ਉਹਨਾਂ ਨੂੰ ਪ੍ਰੋਫਾਈਲ ਕੀਤਾ ਭਾਵੇਂ ਉਹ ਕਲੱਬ 'ਚ ਗਏ ਹੋਏ ਸੀ ਉਹਨਾਂ ਨੂੰ ਕੱਢ ਕੇ ਬਾਹਰ ਕੀਤਾ ਉਹਨਾਂ ਨੂੰ ਆਰਸੀਐਮਪੀ ਨੇ ਬੜਾ ਮੈਨ ਹੈਂਡਲ ਕੀਤਾ ਭਾਵੇਂ ਜੇ ਕਿਤੇ ਉਹ ਕਿਸੇ ਗੈਸ ਸਟੇਸ਼ਨ ਦੇ ਬਾਹਰ ਕੁਝ ਬੱਚੇ ਇਕੱਠੇ ਹੋਏ ਆ ਕਲੱਬ ਤੋਂ ਜਾ ਕੇ ਆਏ ਵਾਪਸ ਆਏ ਉਹਨਾਂ ਨੂੰ ਉੱਥੇ ਆਪਣੇ ਗੋਡਿਆਂ ਤੇ ਹੱਥ ਖੜੇ ਕਰਕੇ ਉਹਨਾਂ ਨੂੰ ਉਠਾਇਆ ਤੇ ਮਗਰੋਂ ਕਹਿੰਦੇ ਓਕੇ देयर इज नो ਇਸ਼ੂ ਗੋ ਗੋ ਬੈਕ ਇੱਕੀ ਚੀਜ਼ ਹੈ ਇਹ ਕੀ ਪ੍ਰੋਫਾਈਲਿੰਗ ਨਹੀਂ ਹੈ ਇਟ ਇਜ਼ ਐਬਸੋਲੂਟਲੀ ਪ੍ਰੋਫਾਈਲਿੰਗ ਤੇ ਕੀ ਇਹ ਜੇ ਇੱਕ ਰੈਸਟੋਰੈਂਟ ਨੇ ਇਹ ਕਰ ਦਿੱਤਾ 댓 ਇਜ਼ ਅ ਟ्रू ਰੈਪਰੈਜ਼ੈਂਟੇਸ਼ਨ ਆਫ ਵੀ ਕਿੰਨੇ ਹੋਰ ਬਿਜ਼ਨੈਸਸਿਸ ਨੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੀ ਥੌਟ ਪ੍ਰੋਸੈਸ ਹੈ ਉਹ ਪੈਨੀਟ੍ਰੇਟ ਕਰ ਚੁੱਕੀ ਹੈ ਥਿਸ ਇਜ਼ ਸਮਥਿੰਗ ਟੂ ਬੀ ਵੈਰੀ to be very concerned about ਤੇ ਇਹ ਗੱਲ ਨਵੀਂ ਨਹੀਂ ਮੈਨੂੰ ਯਾਦ ਆ ਕਿ 2015 ਦੇ ਵਿੱਚ ਆਪਣੇ ਸਾਰੇ ਦੇ ਮੇਅਰ ਹੀ ਸੀ ਕਿ ਉਹਨਾਂ ਨੇ ਬਹੁਤ ਨੈਗੇਟਿਵ ਤੇ ਡਿਵੀਸਿਵ ਜਿਹੜੀ ਉਹ ਉਹਨਾਂ ਨੇ ਪ੍ਰੋਪਰਲੀ মিডিਆ ਨੂੰ ਇਕੱਠੇ ਕਰਕੇ ਦੱਸਿਆ ਸੀ ਕਿ ਜੇ ਇਹ ਬੱਚੇ ਕੋਈ ਕੋਈ ਕਿਸੇ ਦੇ ਕੋਈ ਗੋਲੀ ਵੱਜ ਜਾਂਦੀ ਹੈ ਇਹ ਕੁਝ ਹੁੰਦਾ ਤਾਂ ਇਹਨਾਂ ਦੀ ਐਮਐਸਪੀ ਕਵਰ ਨਾ ਹੋਵੇ ਤੇ ਇਹਨਾਂ ਦੇ ਕਾਲਰ ਚੋਂ ਫੜ ਕੇ ਇਹਨਾਂ ਦੇ ਮਾਪਿਆਂ ਨੂੰ ਚਾਹੀਦਾ ਕਿ ਪੁਲਿਸ ਦੇ ਹਵਾਲੇ ਦੇ ਦੇਣ ਤੇ ਇਹਨਾਂ ਦੀ ਪੈਰੈਂਟਿੰਗ ਵਧੀਆ ਨਹੀਂ ਸਾਊਥ ਏਸ਼ੀਅਨ ਪੀਪਲ ਦੀ ਸੋ ਬਹੁਤ ਜ਼ਿਆਦਾ ਵੱਡੀ 네ਗੇਟਿਵ ਪ੍ਰੋਫਾਈਲਿੰਗ ਚੱਲ ਰਹੀ ਹੈ ਤੇ ਉਸ ਨੂੰ ਆਪਾਂ ਬਹੁਤ ਅ ਅਪਰੰਟ ਹੋ ਕੇ ਉਸ ਉਸ ਵਕਤ ਡੀਲ ਕੀਤਾ ਸੀ ਸੋ ਜਿਹੜਾ ਕੁਝ ਹੋਣਾ ਸੀ ਹੋ ਗਿਆ ਉਹ ਆਪਾਂ ਨੂੰ ਪਤਾ ਪਰ ਮੈਨੂੰ ਹੁੰਦਾ ਵੀ ਕਿ ਆਪਾਂ ਕੀ ਰਿਸਪੌਂਸਿਬਿਲਟੀ ਹੈ ਆਪਣੀ ਕੀ ਰਿਸਪੌਂਸਿਬਿਲਟੀ ਹੈ ਪਹਿਲੀ ਗੱਲ ਤਾਂ ਜਿਹੜੀ ਜਿਹੜੀ ਮੈਂ ਇਹ ਗੱਲ ਸੋਚਦੀਆਂ ਕਿ एवरीवन नीड्स ਟੂ ਟਾਕ ਅਬਾਊਟ ਇਟ ਐਂਡ ਦੇ ਨੀਡ ਟੂ ਬੀ ਵਿਜੀਲੈਂਟ ਵੀ ਆਸੇ ਪਾਸੇ ਕੀ ਹੋ ਰਿਹਾ ਹੈ ਜਦੋਂ ਵੀ ਤੁਸੀਂ ਤੁਸੀਂ ਦੇਖ ਰਹੇ ਹਾਂ ਉੱਥੇ ਜਿੱਦਾਂ ਮੈਂ ਨਿਊਜ਼ ਦੇਖ ਰਹੀ ਸੀ ਉਹ ਕਹਿੰਦੇ ਜਿਹੜੇ ਬਾਕੀ ਉੱਥੇ ਬੈਠੇ ਸੀ ਪੈਟਰਨਸ ਉਹਨਾਂ ਨੇ ਉਹਨਾਂ ਦੀਆਂ ਵੀਡੀਓਜ਼ ਬਣਾ ਰਹੀ ਸੀਗੇ ਸੋ ਕੀ ਉਹਨਾਂ ਨੂੰ ਸਵਾਲ ਨਹੀਂ ਚੱਕਿਆ ਜਾਂਦਾ ਜਿੱਦਾਂ ਕਹਿੰਦੇ ਸੀਗੇ ਵੀ ਕੱਲ ਓਕੇ ਯੂ نو ਉਥੇ ਹੈਡ ਟੈਕਸ ਲੱਗਦਾ ਹੁੰਦਾ ਸੀ ਚਾਈਨੀਜ਼ ਤੇ ਆਪਾਂ ਨੂੰ ਕਮਾਗਾਟਾ ਮਾਰੂ ਵਾਲਿਆਂ ਨੇ ਉਦੋਂ ਮੋੜਤਾ ਸੀ ਐਬੋਰਿਜਨਲ ਦੇ ਜਿਹੜੇ ਬੱਚਿਆਂ ਦੇ ਹਜੇ ਤਾਂ ਸੋ ਹਜੇ ਤਾਂ ਆਪਾਂ ਉਹ ਹਿਸਟਰੀ ਨੂੰ ਹਜੇ ਮਾਫੀਆਂ ਮੰਗਦੇ ਫਿਰਦੇ ਆ ਪਿਛਲੀਆਂ ਤੇ ਨਵੀਆਂ ਕ੍ਰੀਏਟ ਕਰ ਰਹੇ ਆ ਕੀ ਗੱਲ ਅਮੀਰਾ ਜੀ ਠੀਕ ਆ ਇੱਕ ਚਿਹਰਾ ਮੋਰਾ ਦਿਸਦਾ ਹੈ ਸਾਨੂੰ ਦੂਜਾ ਕਿ ਇੱਥੇ ਸਾਊਥ ਏਸ਼ੀਆਨ ਦੀ ਪੂਰੀ ਬੱਲੇ ਬੱਲੇ ਆ ਹਰ ਪਾਸੇ ਸਾਨੂੰ ਇੱਥੇ ਅੰਗਰੇਜ਼ੀ ਬੋਲਣ ਦੀ ਲੋੜ ਨਹੀਂ ਇੱਕ ਉਹ ਇਮੇਜ ਆ ਸਾਡੇ ਦਿਮਾਗ ਦੇ ਵਿੱਚ ਇਸ ਪੂਰੇ ਲੋਅਰ ਮੇਨਲੈਂਡ ਦਾ ਜਾਂ ਵੱਡੇ ਏਰੀਏ ਦਾ ਦੂਜਾ ਇਹ ਆ ਕਿ ਹੁਣ ਲੋਕ ਦੱਸ ਰਿਹਾ ਕਿ ਇਨਸੀਡੈਂਟ ਸਿਰਫ ਵਾਪਰਿਆ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਇਹ ਸਾਹਮਣੇ ਆ ਗਿਆ ਹੋ ਬਹੁਤ ਕੁਝ ਰਿਹਾ ਹੈ ਇਹਦੇ ਪਿੱਛੇ ਵੀ ਇਹ ਇੱਕ ਹਿਡਨ ਕਿਸਮ ਦਾ ਕਿਹੜਾ ਰੇਸਿਜ਼ਮ ਆ ਜਿਹੜਾ ਵੀ ਸਾਨੂੰ ਉੱਪਰੋਂ ਦਿਖ ਰਿਹਾ ਕਿ ਸਾਡੀ ਟੌਰ ਬਹੁਤ ਆ ਬੱਲੇ ਬੱਲੇ ਬਹੁਤ ਆ ਤੇ ਅੰਦਰ ਖਾਤੇ ਫੇਰ ਵੀ ਇਹ ਹੋ ਰਿਹਾ ਕਿ ਸ਼ਰਿਆਮੀਆਂ ਬਾਹਰ ਕੱਢਿਆ ਜਾ ਰਿਹਾ ਰੈਸਟੋਰੈਂਟਸ ਚ ਜੀ ਰੇਸਿਸਮ ਇਜ਼ ਹੇਅਰ ਜਦ ਨਾਲ ਤੁਸੀਂ ਕੱਲੇ ਵਾਰੀ ਮੈਂ ਇਸ ਗੱਲ ਬਾਰੇ ਬਹੁਤ ਜਿਆਦਾ ਗੱਲ ਕਰਦੀ ਹਾਂ ਤਾਂ ਲੋਕ ਕਹਿੰਦੇ ਕਿੱਥੇ ਰੇਸਿਸਮ ਮੈਂ ਕਿਹਾ ਜਦੋਂ ਤੁਸੀਂ ਆਪਣੇਆਂ ਦੇ ਵਿੱਚ ਹੀ ਕੰਮ ਕਰਨਾ ਤਾਂ ਤੁਹਾਨੂੰ ਰੇਸਿਸਮ ਨਹੀਂ ਪਤਾ ਲੱਗਣਾ ਜਦੋਂ ਤੁਸੀਂ ਗੋਰਿਆਂ ਦੇ ਨਾਲ ਕੰਮ ਕਰਨਾ ਜਾਂ ਹੋਰ ਕਮਿਊਨਿਟੀਆਂ ਦੇ ਨਾਲ ਕੰਮ ਕਰਨਾ ਫਿਰ ਪਤਾ ਲੱਗਣਾ ਵੀ ਤੁਹਾਨੂੰ ਕੀ ਲੀਡਰਸ਼ਿਪ 'ਚ ਪਹੁੰਚਣ ਦੇ ਰਿਹਾ ਹੈ ਕਿ ਨਹੀਂ ਸੋ ਅੱਜ ਆਪਣੇ ਪੋਲੀਟਿਸ਼ੀਅਨਸ ਹੈਗੇ ਆ ਰਾਈਟ ਪਰ ਕੀ ਪਾਲਿਸੀਜ਼ ਬਣੀਆਂ ਹੋਈਆਂ ਕੀ ਜਿਹੜੇ ਡਿਸੀਜਨ 메ਕਿੰਗ ਟੇਬਲਸ ਆ ਜਿੱਥੇ ਲੈਜਿਸਲੇਸ਼ਨ ਬਣ ਰਿਹਾ ਜਿੱਥੇ ਫਰਦਰ ਜਿਹੜੀਆਂ ਕੋਈ ਪਬਲਿਕ ਸਰਵਿਸ ਹੈ ਜਿਨਾ ਪਵਾ ਸੀਆਰਏ ਆਰਸੀਐਮਪੀ ਆ ਆਪਣੇ ਬਾਰਡਰ ਸਰਵਿਸਿਜ਼ ਨੇ ਉਹ ਸਾਰੇ ਜਿਹੜੇ ਬਿਜ਼ਨਸ ਆਪਣੇ ਇੱਕ ਕੋਰਪ ਪਬਲਿਕ ਸਰਵਿਸ ਦੇ ਜਿਹੜੇ ਗਵਰਨਮੈਂਟ ਐਸੋਸੀਏਸ਼ਨਸ ਨੇ ਕਿ ਉਹਨਾਂ ਦੇ ਵਿੱਚ ਰੈਪ੍ਰেজੈਂਟੇਸ਼ਨ ਹੈਗੀ ਐ ਐਟ ਦਾ ਡਿਸੀਜਨ 메ਕਿੰਗ ਟੇਬਲ ਜੇ ਉਹ ਨਹੀਂ ਹੈ ਤਾਂ ਫੇਰ ਫਿਕਰਮੰਦੀ ਆ ਜਿਹੜਿਆ ਸਾਰੇ ਬਿਜ਼ਨਸ ਚੇਨਜ਼ ਨੇ ਉਹਨਾਂ ਦੇ ਵਿੱਚ ਕੀ ਆਪਣੀ ਜੇ ਕੋਈ ਲੋਕਲ ਜਿਹੜੀ ਮੇਅਰ ਜਿੱਥੇ ਕੋਈ ਡਿਸੀਜਨ 메ਕਿੰਗ ਬਣ ਰਹੀ ਹੈ ਹੁਣ ਉਹਨਾਂ ਨੇ ਬੈਜਿਕ ਐਕਟਰਸ ਦੀ ਗੱਲ ਕਲੱਬ ਦੀ ਉਹ ਗੱਲ ਆਪਾਂ ਕਰ ਲੈਣੇ ਆ ਤਾਂ ਉਹਨਾਂ ਦੀ ਮੈਨੇਜਮੈਂਟ ਦੇ ਵਿੱਚ ਕੀ ਕੋਈ ਕੋਈ ਰੰਗਦਾਰ ਬੰਦਾ ਸੀ ਕਿਸ ਉਹਨਾਂ ਨੇ ਕੀ ਸੋਚਿਆ ਵੀ ਸਿਰਫ ਬਰਾਊਨ ਰੰਗ ਹੈ ਉਹਨਾਂ ਨੂੰ ਫੜ ਲਓ ਤੇ ਉਹਨਾਂ ਨੂੰ ਨਹੀਂ ਸੀ ਪਤਾ RCMP ਨੂੰ ਵੀ ਸੱਦ ਲੈ RCMP ਨੇ ਵੀ ਕੀ ਆਪਣਾ ਡਾਟਾਬੇਸ ਕਿਉਂ ਨਹੀਂ ਚੈੱਕ ਕੀਤਾ ਵਾਟ ਵਾਸ ਦਾ ਇਸ਼ੂ ਸੋ ਵਾਟਸ ਮਿਸਿੰਗ ਇਜ਼ ਦ ਪਾਲਿਸੀ ਮੇਕਿੰਗ ਪਾਲਿਸੀ ਮੇਕਿੰਗ ਦੇ ਵਿੱਚ ਅਕਾਊਂਟੇਬਿਲਟੀ ਦੇ ਵਿੱਚ ਜਦੋਂ ਆਪਣੇ ਰੰਗਦਾਰ ਲੋਕ ਨਹੀਂ ਹੈ ਕੱਲੇ ਰੰਗਦਾਰ ਨਹੀਂ ਸੋਚਵਾਨ ਸੋਚੇ ਸਮ ਸੋਚਣ ਵਾਲੇ ਸਮਝਣ ਵਾਲੇ ਬੋਲਣ ਵਾਲੇ ਸਮਝਣਾ ਪਹਿਲਾਂ ਫਿਰ ਉਸ ਤੋਂ ਬਾਅਦ ਗੱਲ ਵੀ ਕਰਨੀ ਆ ਪਾਲਿਸੀ ਮੇਕਿੰਗ ਦੇ ਵਿੱਚ ਜੇ ਆਪਣੀ ਰੈਪ੍ਰেজੈਂਟੇਸ਼ਨ ਨਹੀਂ ਹੈ ਤਾਂ ਦਿਸ ਵਿਲ ਕੰਟੀਨਿਊ ਹੈਪਨਿੰਗ ਵਨ ਆਫਟਰ ਦਾ ਅਦਰ ਤੇ ਜਿੱਦਾਂ ਕਹਿੰਦੇ ਨੇ ਤੱਤੇ ਪਾਣੀ ਹੌਲੀ ਹੌਲੀ ਪਾਣੀ ਨੂੰ ਤੱਤਾ ਕਰਦੇ ਆ ਤਾਂ ਡੱਡੂ ਉਸੇ ਚ ਪੈ ਰਹੇ ਨੂੰ ਪਤਾ ਨਹੀਂ ਲੱਗਦਾ ਸੋ ਰੇਸਿਜ਼ਮ ਦਾ ਜਿਹੜਾ ਆਪਾਂ ਕੈਨੇਡਾ ਦੇ ਵਿੱਚ ਹੈ ਪਵਾ ਹੋ ਮੁਸਲਮਾਨ ਪਰਿਵਾਰ ਸੀ ਜਿਹਦੇ ਉੱਤੇ ਟਰੱਕ ਹੌਣ ਚੜ ਗਿਆ ਜਾਂ ਕਈ ਕੁਝ ਆਪਾਂ ਆਸੇ ਪਾਸੇ ਦੇਖ ਰਹੇ ਆ ਜਾਂ ਮਹਿਸੂਸ ਕਰਦੇ ਆਪਾਂ ਉਹ ਪਾਣੀ ਨੂੰ ਹੌਲੀ ਹੌਲੀ ਤੱਤਾ ਬੋਇਲ ਕਰਨ ਦੀ ਗੱਲ ਆ ਤੇ ਉਸਾ ਕਪਾ ਵੇਟ ਨਾ ਕਰੀਏ ਕਿ ਆਪਾਂ ਉਹਦੇ ਵਿੱਚ ਮਰ ਜੀਏ ਤਾਂ ਮੈਨੂੰ ਲੱਗਦਾ ਵੀ ਨੀਡ ਟੂ ਬੀ ਕਲੈਕਟਿਵਲੀ ਥਿੰਕਿੰਗ ਆਫ ਡਿਵੀਸਿਵ ਜਿਹੜੀ ਭਾਵੇਂ ਕੋਵਿਡ ਦੀ ਗੱਲ ਆ ਭਾਵੇਂ ਕੁਝ ਵੀ ਆਸੇ ਪਾਸੇ ਗੱਲਾਂ ਚੱਲ ਰਹੀਆਂ ਜਦੋਂ ਵੀ ਕਿਸੇ ਕਮਿਊਨਿਟੀ ਐਟ ਲਾਰਜ ਦੇ ਵਿੱਚ ਡਿਵੀਜ਼ਨ ਹੋਣ ਲੱਗ ਜੇ that is the ਮੈਨੂੰ ਸਭ ਤੋਂ ਵੱਡਾ ਜਿਹੜਾ ਐਨਮੀ ਹੈ ਇੱਕ ਕਿਸੇ ਵੀ ਸੁਸਾਇਟੀ ਦਾ ਕਿਸੇ ਵੀ ਕੰਟਰੀ ਦਾ ਉਦੋਂ ਆ ਜਦੋਂ ਤੁਸੀਂ ਵੰਡੀਆਂ ਪਾ ਦਿੰਦੇ ਆ ਤੇ ਉਸ ਦੇ ਰਿ ਸਭ ਨੂੰ ਫਿਕਰਮੰਦ ਹੋਣਾ ਚਾਹੀਦਾ ਸਾਡੇ ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਦੋਂ ਇੱਥੇ ਕਿੰਨੇ ਲੋਕ ਸਾਡੇ ਬਾਹਰ ਦਿਸਦੇ ਆ ਕਿਹੜਾ ਉਹਦਾ ਆ ਜਿੱਥੇ ਪੰਜਾਬੀ ਨਹੀਂ ਹੈ ਮਿਨਿਸਟਰੀ ਦੇ ਵਿੱਚ ਡਿਫੈਂਸ ਮਿਨਿਸਟਰੀ ਤੱਕ ਉਹਦੇ ਪੰਜਾਬੀ ਜਾਂ ਸਾਊਥ ਏਸ਼ੀਅਨ ਜਿਹੜੇ ਆ ਹੁਣ ਦੂਜੇ ਪਾਸੇ ਕੀ ਇਹਨਾਂ ਘਟਨਾਵਾਂ ਨੂੰ ਫਿਰ ਜ਼ਿਆਦਾ ਹਾਈਲਾਈਟ ਕਰਕੇ ਲੋਕਾਂ ਨੂੰ ਦਿਖਾਉਣ ਦੀ ਲੋੜ ਆ ਵੀ ਆ ਕੁਛ ਵਾਪਰ ਰਿਹਾ ਜਾਂ ਜਿੱਦਾਂ ਤੁਸੀਂ ਕਿ ਆਮ ਬੰਦਾ ਕਹਿੰਦਾ ਰੇਸਿਜ਼ਮ ਕਿੱਥੇ ਆ ਇੱਥੇ ਤਾਂ ਸਾਡੀ ਪੰਜਾਬੀਆਂ ਦੀ ਟੌਰ ਆ ਇੱਥੇ ਤਾਂ ਹੈ ਹੀ ਹੋਰ ਕੋਈ ਨਹੀਂ ਦੀ ਮੈਂ ਚਾਹ ਕਿ ਬਿਲਕੁਲ ਆਪ ਪੀਪੀਜ਼ ਬਣਾ ਦਿਤੇ ਮਨਿਸਟਰਸ ਬਣਾ ਦਿਤੇ ਹੈਨਾ ਪਰ ਜੇ ਕੋਈ ਕੋਈ ਗਵਰਨਮੈਂਟ ਸਰਵਿਸਿਜ਼ ਹੈਗੀ ਹੁਣ ਜੇ ਤੁਸੀਂ ਬੈਂਕ ਚ ਜਾਓਗੇ ਬੈਂਕ ਚ ਤੁਸੀਂ ਦੇਖੋਗੇ ਕਿ ਆਪਣੇ ਬੱਚੇ ਹੋਣਗੇ ਨਾ ਏਸ਼ੀਅਨ ਬੱਚੇ ਦੂਸਰੇ ਵੀ ਹੋਣਗੇ ਪਰ ਜਿਹੜੀਆਂ ਗਵਰਨਮੈਂਟ ਐਸੋਸੀਏਸ਼ਨਸ ਹੈ ਪ੍ਰੋਵਿੰਸ਼ੀਅਲ ਨੇ ਫੈਡਰਲ ਆ ਪਵਾ ਸਿਵਿਕ ਜਿਹੜੀ ਜਿੱਥੇ ਜਿਹੜੇ ਲੋਕੀ ਕੰਮ ਕਰ ਰਹੇ ਹੈਨਾ ਜਿਹੜੇ ਲੈਜਿਸਲੇਸ਼ਨ ਤਾਂ ਬਣਾ ਲੈ ਲੈਜਿਸਲੇਸ਼ਨ ਦੀ ਜਿਹੜੀ ਅਪਲਾਈ ਕੌਣ ਕਰ ਰਿਹਾ ਹੈ ਉਸ ਚੀਜ਼ ਨੂੰ ਜੇ ਉੱਥੇ ਆਪਣੇ ਬੰਦੇ ਨਹੀਂ ਬਿਊਰੋਕ੍ਰੇਸੀ ਚ ਆਪਣੇ ਬੰਦੇ ਨਹੀਂ ਤਾਂ ਉਹਨਾਂ ਦਾ ਕੋਈ ਮਤਲਬ ਨਹੀਂਗਾ ਉੱਤੇ ਬੈਠੇ ਉਮ ਜਿਹੜਾ ਤੁਸੀਂ ਆਪਣਾ ਸਕੂਲ ਬੋਰਡ ਦੀ ਗੱਲ ਆ ਮੈਂ ਗੱਲ ਕਰਦੇ ਕਿ 70000 ਤੋਂ ਬਾਅਦ ਜਿਹੜਾ ਬੱਚਾ ਆਪਣਾ ਸਰੀਚ ਜਿਹੜਾ ਹੈਗਾ ਬੱਚੇ ਜਾ ਰਹੇ ਉਹਦੇ ਵਿੱਚ ਮੈਜੋਰਿਟੀ ਆਪਣੇ ਬੱਚੇ ਵੀ ਹੈਗੇ ਆ ਨਾ ਪਰ ਉਹਦੇ ਵਿੱਚੋਂ ਕਿੰਨੇ ਕੁ ਬੱਚੇ ਨੇ ਇਹ ਜਿਹੜੇ ਕਿ ਇਸ ਤਰ੍ਹਾਂ ਦੀਆਂ ਜਿਹੜੇ ਤੁਸੀਂ ਕਹਿੰਨ ਲਾਅ ਅਨਲੌਫਲ ਜਿਹੜੀਆਂ ਐਕਟੀਵਿਟੀਜ਼ ਦੇ ਵਿੱਚ ਉਹ ਪੁਸ਼ ਹੋ ਗਏ ਸਿਚੁਏਸ਼ਨਸ ਨੇ ਪੁਲ ਕਰਦਾ ਕੀ ਕਰ ਦਿੱਤਾ ਆਪਾਂ ਉਸ ਵੱਲ ਦੇਖੀਏ ਜਾਂ ਇਹ ਦੇਖੀਏ ਕਿ ਇੱਕ ਜਿਹੜੇ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਆਪਣੇ ਖਾਸ ਕਰਕੇ ਮੈਂ ਬੀਸੀ ਦੀ ਗੱਲ ਕਰ ਦਿੰਨੀ ਆ ਕਿ ਉਹ ਅੰਡਰ ਫੰਡਡ ਸਕੂਲਸ ਦੇ ਵਿੱਚ ਪੜ ਕੇ ਆਏ ਆ ਜਿੱਥੇ ਕਿ ਉਹਨਾਂ ਨੂੰ ਪ੍ਰੋਪਰ ਟੇਕਨ ਉਹਨਾਂ ਦੀ ਉਹੀ ਜਿਹੜੇ ਬੱਚੇ ਆ ਜਿਹੜੇ ਪ੍ਰੋਪਰਲੀ ਉਹਨਾਂ ਦੇ ਲਈ ਸਾਰੀਆਂ ਫੈਸਿਲਿਟੀਆਂ ਕ੍ਰੀਏਟ ਨਹੀਂ ਹੋਈਆਂ ਉਹੀ ਬੱਚੇ ਕੱਲ ਨੂੰ ਉਹ ਸਕੂਲ ਕਾਲਜਸ ਦੇ ਆਪਣੇ ਰੈਸਟੋਰੈਂਟ ਚ ਕੰਮ ਕਰ ਰਹੇ ਉਹੀ ਮੈਨੇਜਰ ਬਣਣਗੇ ਉਹੀ ਬੈਂਕਾਂ ਚ ਬਣਨਗੇ ਤੇ ਜੇ ਤੁਸੀਂ ਉਹਨਾਂ ਨੂੰ ਪ੍ਰੋਪਰਲੀ ਬੱਚਿਆਂ ਨੂੰ ਫੈਸਿਲਿਟੇਟ ਨਹੀਂ ਕੀਤਾ ਤਾਂ ਉਹਦੀ ਰਿਸਪੌਂਸਿਬਿਲਟੀ ਕਿਹਦੀ ਆ ਜੇ ਆਪ ਕਮਿਊਨਿਟੀ ਐਟ ਲਾਰਜ ਨੂੰ ਸਿਰਫ ਕੋਈ ਕਿਸੇ ਪੇਰੈਂਟ ਨੂੰ ਫੜ ਲਿਆ ਆਹ ਕਰ ਲਿਆ ਆਹ ਕਰ ਲਿਆ ਬਟ ਵੀ ਨੀਡ ਟੂ ਪੁਟ ਦਾ ਦਾ ਕਾਉਂਟੇਬਿਲਟੀ ਔਨ ਰਾਈਟ ਵੇਅ ਇਟਸ ਕਮਿੰਗ ਫਰੋਂ ਪਾਵਾ ਆਪਣੀ ਸਕੂਲਿੰਗ ਸਿਸਟਮ ਆ ਪਾਵਾ ਆਪਣੀ এমਪਲੋਇਮੈਂਟ ਸਟੈਂਡਰਡਸ ਨੇ ਇਹ ਸਾਰੀਆਂ ਚੀਜ਼ਾਂ ਦਾ ਫਿਕਰ ਕਰਨਾ ਪੈਣਾ ਕਲੈਕਟਿਵਲੀ ਫੇਰ ਮੈਨੂੰ ਲੱਗਦਾ ਕਿ ਇਸ ਦਾ ਕੋਈ ਬੈਟਰ ਸੋਲੂਸ਼ਨ ਮਿਲੂਗਾ ਬਹੁਤ ਬਹੁਤ ਸ਼ੁਕਰੀਆ ਜੀ ਆ ਦੋਸਤੋ ਸੱਚਮੁੱਚ ਮੁੱਦਾ ਬਹੁਤ ਗੰਭੀਰ ਆ 2022 ਦੇ ਵਿੱਚ ਇਹ ਘਟਨਾ ਵਾਪਰਦੀ ਆ ਤਾਂ ਸੱਚਮੁੱਚ ਚਿੰਤਾਜਨਕ ਆ ਕਿ ਤੁਹਾਡਾ ਰੰਗ ਭੂਰਾ ਆ ਤੇ ਤੁਹਾਨੂੰ ਰੈਸਟੋਰੈਂਟ ਵਾਲੇ ਬਾਹਰ ਕੱਢ ਦਿੰਦੇ ਆ ਪਤਾ ਨਹੀਂ ਅਸੀਂ 100 ਸਾਲ ਪਿੱਛੇ ਚਲੇ ਗਏ ਆ ਕਿੱਥੇ ਨੁਕਸ ਰਹਿ ਗਿਆ ਕਿੱਥੇ ਗੜਬੜ ਆ ਇਹ ਇਸ ਘਟਨਾ ਨੂੰ ਇਕਾਦੋਕਾ ਘਟਨਾ ਮੰਨ ਲਿਆ ਜਾਵੇ ਵੀ ਇਦਾਂ ਦੀਆਂ ਵਾਪਰਦੀਆਂ ਨਹੀਂ ਇੱਕੋ ਹੀ ਵਾਪਰੀ ਆ ਇਹਨੂੰ ਜਨਰਲਾਈਜ਼ ਨਾ ਕੀਤਾ ਜਾਵੇ ਜਾਂ ਇਹਨੂੰ ਇਹਦਾ ਮੰਨ ਲਿਆ ਜਾਵੇ ਕਿ ਬਹੁਤ ਕੁਝ ਇਸ ਘਟਨਾ ਦੇ ਪਿੱਛੇ ਵਾਪਰ ਰਿਹਾ ਜਿਹੜਾ ਖਬਰ ਨਹੀਂ ਬਣਦਾ ਇਹ ਖਬਰ ਬਣ ਗਈ ਤਾਂ ਇਹਦੀ ਚਰਚਾ ਹੋ ਰਹੀ ਹੈ ਕੈਮਰਾਮੈਨ ਅਮਿਤ ਪਨੇਸਰ ਨਾਲ ਚਿਸਕਰਨ ਚੈਨਲ ਪੰਜਾਬੀ ਸਰੀ ਅੱਜ ਇੱਕ ਖਬਰ ਹੋਰ ਬਹੁਤ ਚਰਚਾ ਦੇ ਵਿੱਚ ਆ ਵੈਕਸੀਨ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਚਰਚਾ ਚੱਲਦੀ ਰਹੀ ਹੈ ਵੈਕਸੀਨ ਦੇ ਵਿਰੋਧ ਦੇ ਵਿੱਚ ਜਿਹੜਾ ਟਰੱਕਰਸ ਦਾ ਉੱਥੇ ਇਕੱਠੇ ਹੋਏ ਆ ਉਹਦੇ ਤੋਂ ਬਾਅਦ ਇਹ ਸਾਰੀਆਂ ਰੈਸਟ੍ਰਿਕਸ਼ਨ ਦਾ ਵਿਰੋਧ ਸ਼ੁਰੂ ਹੋ ਗਿਆ ਵੈਕਸੀਨ ਸੰਬੰਧੀ ਲੋਕਾਂ ਦੇ ਵਿੱਚ ਬਹੁਤ ਸਾਰੇ ਕਨਫਿਊਜ਼ਨਸ ਨੇ ਬਹੁਤ ਸਾਰੀਆਂ ਲੋਕਾਂ ਨੂੰ ਇਸ ਬਾਰੇ ਚਿੰਤਾਵਾਂ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਸ਼ੰਕਾਵਾਂ ਨੇ ਅ ਇਸੇ ਕਰਕੇ ਸ਼ੁਰੂ-ਸ਼ੁਰੂ ਦੇ ਵਿੱਚ ਵੈਕਸੀਨ ਲਵਾਉਣ ਤੋਂ ਲੋਕ ਡਰਦੇ ਵੀ ਸੀਗੇ ਫਿਰ ਇਹ ਗੱਲ ਆਮ ਹੋ ਗਈ ਬਹੁਤੇ ਲੋਕਾਂ ਨੇ ਵੈਕਸੀਨ ਲਵਾ ਲਈ ਬਹੁ ਗਿਣਤੀ ਨੇ ਕੈਨੇਡਾ ਦੇ ਵਿੱਚ ਪਰ ਹੁਣ ਜਦੋਂ ਬੱਚਿਆਂ ਦੇ ਵਿੱਚ ਵੈਕਸੀਨ ਲੱਗ ਰਹੀ ਹੈ ਤਾਂ ਉੱਥੇ ਮਾਪੇ ਥੋੜੇ ਜਿਹਾ ਜ਼ਿਆਦਾ ਚਿੰਤਤ ਨੇ ਹੁਣ 5 ਸਾਲ ਤੋਂ ਉੱਪਰ ਵਾਲੇ ਬੱਚਿਆਂ ਦੇ ਵਿੱਚ ਵੈਕਸੀਨ ਇਸ ਵੇਲੇ ਲੱਗ ਰਹੀ ਹੈ ਇਹਦੇ ਤੋਂ ਬਾਅਦ ਦੱਸਿਆ ਜਾ ਰਿਹਾ ਕਿ 6 ਮਹੀਨੇ ਤੋਂ ਉੱਪਰ ਵਾਲੀ 5 ਸਾਲ ਵਾਲੀ ਏਜ ਹੈ ਜਿਹੜੀ ਉਹਨਾਂ ਨੂੰ ਵੀ ਵੈਕਸੀਨ ਲਗਣੀ ਸ਼ੁਰੂ ਹੋ ਜਾਣੀ ਹੈ ਵੈਕਸੀਨ ਲੈ ਕੇ ਕਈ ਮਾਪੇ ਵੈਕਸੀਨ ਲਵਾਉਣਾ ਚਾਹੁੰਦੇ ਆ ਬੱਚਿਆਂ ਦੇ ਵਿੱਚ ਤੇ ਕਈ ਮਾਪੇ ਨਹੀਂ ਲਵਾਉਣਾ ਚਾਹੁੰਦੇ ਥੋੜੇ ਦਿਨ ਪਹਿਲਾਂ ਅਸੀਂ ਡਾਕਟਰ ਪ੍ਰਗਟ ਸਿੰਘ ਪੁਰਜੀ ਹੁਣਾਂ ਨਾਲ ਇੱਕ ਖਾਸ ਗੱਲਬਾਤ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਸੀ ਕਿ ਇਸ ਵੈਕਸੀਨ ਦਾ ਅਸਰ ਬੱਚਿਆਂ ਦੇ ਉੱਤੇ ਕਿਸ ਤਰੀਕੇ ਨਾਲ ਹੁੰਦਾ ਜਾਂ ਉਹਨਾਂ ਦੇ ਦਿਲ ਦੇ ਵਿੱਚ ਕਿਸ ਕਿਸਮ ਦੇ ਮਸਲ ਆ ਜਿਹੜੇ ਸੁੱਜ ਜਾਂਦੇ ਆ ਉਹ ਕਿੰਨੇ ਕ ਕੇਸਸ ਆਏ ਸੀ ਕੀ ਹੋਇਆ ਸੀ ਇਹ ਸਾਨੂੰ ਡਾਕਟਰ ਪ੍ਰਗਟ ਸਿੰਘ ਪੁਰਜੀ ਹੁਣ ਨੇ ਬਹੁਤ ਵਿਸਥਾਰ ਵਿੱਚ ਉਸ ਦਿਨ ਦੱਸਿਆ ਸੀ ਹੁਣ ਇਸ ਮਾਮਲੇ ਦੇ ਉੱਤੇ ਮਾਪੇ ਆਪਸ ਦੇ ਵਿੱਚ ਵੰਡੇ ਗਏ ਆ ਜਾਂ ਇਦਾਂ ਕਹਿ ਲਓ ਕਿ ਕੁਝ ਮਾਪੇ ਇਹ ਚਾਹੁੰਦੇ ਆ ਕਿ ਉਹਨਾਂ ਦੇ ਵੈਕਸੀਨ ਲੱਗੇ ਉਹਨਾਂ ਦੇ ਬੱਚਿਆਂ ਦੇ ਜਿਹੜੇ ਕਿ ਹੁਣ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 5 ਸਾਲ ਤੋਂ ਵੱਧ ਉਮਰ ਵਾਲੇ ਬੱਚਿਆਂ ਦੇ ਵੈਕਸੀਨ ਲੱਗ ਰਹੀ ਹੈ ਕੁਝ ਮਾਪੇ ਚਾਹੁੰਦੇ ਆ ਕਿ ਵੈਕਸੀਨ ਲਵਾ ਲਈ ਜਾਵੇ ਤੇ ਕੁਝ ਮਾਪੇ ਚਾਹੁੰਦੇ ਆ ਵੈਕਸੀਨ ਨਾ ਨਾ ਲਵਾ ਲਈ ਜਾਵੇ ਕੁਝ ਟੱਬਰ ਵੱਖਰੇ ਸੋਚ ਰਹੇ ਆ ਦੂਜੇ ਟੱਬਰ ਵੱਖਰੇ ਸੋਚ ਰਹੇ ਆ ਕੁਝ ਮਾਮਲੇ ਇਦਾਂ ਦੇ ਸਾਹਮਣੇ ਆਏ ਆ ਜਿਨ੍ਹਾਂ ਦੇ ਵਿੱਚ ਇੱਕੋ ਘਰ ਦੇ ਵਿੱਚ ਜਿਹੜੇ ਮਾਤਾ ਪਿਤਾ ਨੇ ਉਹਨਾਂ ਦਾ ਆਪਸ ਦੇ ਵਿੱਚ ਮਤਭੇਦ ਆ ਜਿਕਰ ਮਾਂ ਚਾਹੁੰਦੀ ਆ ਕਿ ਵੈਕਸੀਨ ਲੱਗੇ ਤੇ ਪਿਓ ਚਾਹੁੰਦਾ ਵੈਕਸੀਨ ਨਾ ਲੱਗੇ ਨਾ ਲੱਗੇ ਪਿਤਾ ਚਾਹੁੰਦਾ ਆ ਕਿ ਵੈਕਸੀਨ ਲੱਗ ਗੇ ਮੇਰੇ ਨਿਆਣਿਆਂ ਨੂੰ ਤੇ ਮਾਤਾ ਚਾਹੁੰਦੀ ਆ ਇਹ ਸੇਫ ਨਹੀਂ ਆ ਇਹ ਨਾ ਲੱਗੇ ਹੁਣ ਜਦੋਂ ਦੋਵਾਂ ਦੇ ਵਿੱਚ ਟਕਰਾਅ ਹੋ ਜਾਂਦਾ ਸਵਾਲ ਬੱਚੇ ਦੇ ਜੀਵਨ ਦਾ ਆ ਉਹਦੇ ਵਿੱਚ ਉਹ ਉਹ ਜਿਹੜਾ ਉਹਨੂੰ ਕੋਵਿਡ ਹੋ ਜਵੇ ਤਾਂ ਫੇਰ ਸਮੱਸਿਆ ਵੀ ਹੋ ਸਕਦੀ ਆ ਤੇ ਜੇ ਕਿਤੇ ਵੈਕਸੀਨ ਲਵਾਉਣ ਨਾਲ ਕੋਈ ਕੰਪਲਿਕੀਸ਼ਨ ਆ ਜਾਂਦੀ ਆ ਤਾਂ ਉਹ ਵੀ ਇੱਕ ਸਮੱਸਿਆ ਹੋ ਸਕਦੀ ਆ ਜਦੋਂ ਦੋਵੇਂ ਆਪਸ ਦੇ ਵਿੱਚ ਬਹਿਸ ਕਰਦੇ ਆ ਤਾਂ ਮਾਮਲੇ ਅਦਾਲਤਾਂ ਦੇ ਵਿੱਚ ਜਾਣ ਲੱਗ ਪਏ ਭਾਵ ਬੱਚੇ ਦੇ ਵੈਕਸੀਨ ਲਵਾਉਣੀ ਆ ਕਿ ਨਹੀਂ ਲਵਾਉਣੀ ਇਸ ਮਾਮਲੇ ਨੂੰ ਲੈ ਕੇ ਮਾਤਾ ਤੇ ਪਿਤਾ ਦੋਵੇਂ ਜਣੇ ਅਦਾਲਤ ਚ ਇੱਕ ਦੂਜੇ ਦੇ ਸਾਹਮਣੇ ਖੜੇ ਆ ਤੇ ਜੱਜ ਨੂੰ ਆਪਣਾ ਆਪਣਾ ਪੱਖ ਦੱਸ ਕੇ ਕਹਿ ਰਿਹਾ ਕਿ ਵੈਕਸੀਨ ਲਵਾਓ ਜਾਂ ਵੈਕਸੀਨ ਨਾ ਲਵਾਓ ਦੋ ਲੇਟੈਸਟ ਕੇਸ ਇਦਾਂ ਦੇ ਸਾਡੇ ਸਾਹਮਣੇ ਆਏ ਆ ਅ ਐਸੇ ਮਹੀਨੇ ਦੇ ਸ਼ੁਰੂ ਵਿੱਚ ਜਿਹਦੇ ਵਿੱਚ ਦੋ ਸੈਪਰੇਟ ਕਪਲਸ ਨੇ ਉੱਥੇ ਜਾ ਕੇ ਜਿਹੜੀ ਆਪਣਾ ਪੱਖ ਦੱਸਿਆ ਵਿਕਟੋਰੀਆ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਕੋਰਟ ਜੱਜ ਨੇ ਜਿਹੜੀ ਇੱਕ ਮਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਜਿਹੜੀ ਆਪਣੀ 7 ਸਾਲਾਂ ਬੱਚੀ ਨੂੰ ਵੈਕਸੀਨ ਲਗਾਉਣਾ ਚਾਹੁੰਦੀ ਹੈ ਕਿਉਂਕਿ ਉਹਨੂੰ ਕੁਝ ਹੋਰ ਕੰਪਲਿਕਸ਼ਨਸ ਵੀ ਹੈਗੀਆਂ ਆ ਤੇ ਜੇ ਕੋਵਿਡ-19 ਹੋ ਗਿਆ ਤੇ ਉਹਦੀਆਂ ਸਮੱਸਿਆਵਾਂ ਜ਼ਿਆਦਾ ਵੱਧ ਸਕਦੀਆਂ ਇਹਦਾ ਪਿਤਾ ਵਰੋਧ ਦੇ ਵਿੱਚ ਆ ਉਹਦਾ ਲੌਜੀਕ ਇਹ ਆ ਕਿ ਅਜੇ ਤੱਕ ਇਸ ਵੈਕਸੀਨ ਬਾਰੇ ਬਹੁਤ ਕੁਝ ਇਹੋ ਜਿਹਾ ਹੈ ਜਿਹੜਾ ਅਨਨੋਨ ਆ ਜਿਹੜਾ ਕਲੀਅਰ ਨਹੀਂ ਹੈ ਇਸ ਕਰਕੇ ਮੈਂ ਆਪਣੀ ਬੱਚੀ ਦੇ ਉੱਤੇ ਇਹ ਰਿਸਕ ਨਹੀਂ ਲੈ ਸਕਦਾ ਜੱਜ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋਏ ਉਹਨਾਂ ਨੇ ਕਿਹਾ ਕਿ ਕਿਉਂਕਿ ਬੱਚੀ ਦੇ ਡਾਕਟਰ ਨੇ ਵੀ ਰეკਮੈਂਡ ਕੀਤਾ ਆ ਤੇ ਸਾਰਾ ਕੁਝ ਇਹਦੀ ਸਪੋਰਟ ਵੀ ਵੈਕਸੀਨ ਦੀ ਹੋ ਰਹੀ ਆ ਇਸ ਕਰਕੇ ਅਸੀਂ ਤੁਹਾਡਾ ਕਹਿਣਾ ਨਹੀਂ ਮੰਨ ਸਕਦੇ ਵਿਕਟੋਰੀਆ ਤੋਂ ਬਾਅਦ ਇਦਾਂ ਦਾ ਮਾਮਲਾ ਕੋਲੋਨਾ ਦੇ ਵਿੱਚ ਸਾਹਮਣਾ ਆਇਆ ਓਕਨਗਨ ਵੈਲੀ ਦੇ ਵਿੱਚ ਸਾਹਮਣਾ ਆਇਆ ਜਿੱਥੇ ਮਾਤਾ ਆਪਣੇ 11 ਸਾਲਾ ਬੱਚੇ ਨੂੰ ਵੈਕਸੀਨ ਲਵਾਉਣਾ ਚਾਹੁੰਦੀ ਆ ਕਿ ਵੈਕਸੀਨ ਤੋਂ ਬਚਾਅ ਹੁੰਦਾ ਇਹਦੇ ਨਾਲ ਇਮਿਊਨਿਟੀ ਬਣਦੀ ਆ ਮੈਂ ਆਪਣੇ ਬੱਚੇ ਨੂੰ ਵੈਕਸੀਨ ਲਵਾਉਣਾ ਚਾਹੁੰਦੀ ਆ ਤੇ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਪਹਿਲੇ ਕੇਸ ਦੇ ਵਿੱਚ ਸੀਗਾ ਜਿਹੜਾ ਪਿਤਾ ਆ ਉਹ ਵੈਕਸੀਨ ਲਵਾਉਣ ਦਾ ਵਿਰੋਧ ਕਰ ਰਿਹਾ ਉਕਨਾਗਿੰਦ ਰਣਬੜਾ ਪਿਤਾ ਨੇ ਬਹੁਤ ਸਾਰੇ ਐਵੀਡੈਂਸ ਦਿੱਤੇ ਆ ਜੱਜ ਨੂੰ ਇੰਟਰਨੈਟ ਪ੍ਰਿੰਟ ਆਊਟਸ ਦਿੱਤੀਆਂ ਆ ਜਿਹੜੇ ਪ੍ਰਿੰਟ ਆਊਟ ਜਿਹੜੀਆਂ ਰਿਪੋਰਟਸ ਜਿਹੜੇ ਆਰਟੀਕਲ ਇੰਟਰਨੈਟ ਦੇ ਉੱਤੇ ਪਾਏ ਆ ਔਰ ਜਿਹੜੇ ਇਹ ਦੱਸਦੇ ਆ ਕਿ ਵੈਕਸੀਨ ਲਵਾਉਣਾ ਸੇਫ ਨਹੀਂ ਆ ਬੱਚਿਆਂ ਦੇ ਜੱਜ ਨੇ ਕਿਹਾ ਵੀ ਇਹ ਐਵੀਡੈਂਸ ਤੁਹਾਡੇ ਜਿਹੜੇ ਤੁਸੀਂ ਦਿੱਤੇ ਆ ਇਹਨਾਂ ਦੀ ਮੈਰਿਟ ਕੋਈ ਨਹੀਂ ਆ ਕਿਉਂਕਿ ਇਹ ਜਿਹੜੇ ਐਕਚੁਅਲ ਐਕਸਪਰਟ ਐਕਚੁਅਲ ਐਕਸਪਰਟ ਐਵੀਡੈਂਸ ਦੇ ਸਟੈਂਡਰਡਸ ਆ ਉਹਦੇ ਨਾਲ ਮੀਟ ਨਹੀਂ ਕਰਦੇ ਉਹਦੇ ਨਾਲ ਇਹਦਾ ਕੋਈ ਮੇਲ ਨਹੀਂ ਆ ਇਸ ਕਰਕੇ ਇਸ ਨੂੰ ਰੂਲ ਆਊਟ ਕਰਦੇ ਆ ਤੇ ਤੁਹਾਡੀ ਗੱਲ ਅਸੀਂ ਨਹੀਂ ਮੰਨ ਰਹੇ ਸਿਰਫ ਉਹਨਾਂ ਨੇ ਜਿਹੜਾ ਮਾਂ ਦੇ ਹੱਕ ਦੇ ਵਿੱਚ ਫੈਸਲਾ ਹੀ ਨਹੀਂ ਦਿੱਤਾ ਕਿ ਵੈਕਸੀਨ ਲਗਾਉਣੀ ਚਾਹੀਦੀ ਆ ਸਗੋਂ ਜਿਹੜਾ ਪਿਤਾ ਆ ਉਹਨੂੰ ਵੀ ਕੁਝ ਪੁਸ਼ਪੜਤਾਲ ਕੀਤੀ ਗਈ ਆ ਕਿ ਤੁਸੀਂ ਇਸ ਤਰੀਕੇ ਦੇ ਨਾਲ ਆਪਣੀ ਮਰਜ਼ੀ ਬੱਚੇ ਦੇ ਉੱਤੇ ਨਹੀਂ ਥੋਪ ਸਕਦੇ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਪਿਛਲੇ ਦਿਨਾਂ ਦੇ ਵਿੱਚ ਆ ਸਾਹਮਣੇ ਆਉਣੇ ਸ਼ੁਰੂ ਹੋਏ ਆ ਜਿਹੜੇ ਵੈਨਕੂਵਰ ਆਈਲੈਂਡ ਵਾਲੇ ਕੇਸ ਦੇ ਵਿੱਚ ਜਦੋਂ ਜਿਹੜਾ ਜਿਹੜਾ ਇਹ ਉਹ ਹਜੇ ਹੀアリング ਚੱਲ ਰਹੀ ਸੀ ਪਹਿਲੀ ਹੀアリング ਤੋਂ ਬਾਅਦ ਕੁਝ ਦਿਨ ਬਾਅਦ ਜਿਹੜਾ ਬੱਚੇ ਤੇ ਮਦਰ ਦੋਵਾਂ ਨੂੰ ਕੋਵਿਡ-19 ਹੋ ਗਿਆ ਸੀ ਪਰ ਇਹਦੇ باوجود ਜੱਜ ਨੇ ਕਿਹਾ ਸੀ ਕਿ ਇਹ ਲਗਣੀ ਚਾਹੀਦੀ ਆ ਵੈਕਸੀਨ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਸੀ ਹੈਲਥ ਕੈਨੇਡਾ ਨੇ ਫਾਈਜ਼ਰ ਕੋਵਿਡ-19 ਵੈਕਸੀਨ 5 ਸਾਲ ਤੋਂ ਜਿਹੜੇ ਵੱਡੀ ਉਮਰ ਵਾਲੇ ਬੱਚਿਆਂ ਦੇ ਵਿੱਚ ਅਪਰੂਵ ਕੀਤੀ ਆ ਇਸ ਤਰ੍ਹਾਂ ਦੇ ਮਾਮਲੇ ਸਿਰਫ ਬ੍ਰਿਟਿਸ਼ ਕੋਲੰਬੀਆ ਦੇ ਅਸੀਂ ਤੁਹਾਡੇ ਨਾਲ ਦੋ ਮਾਮਲੇ ਸਾਹਮਣੇ ਸਾਂਝੇ ਕੀਤੇ ਇੱਕ ਵਿਕਟੋਰੀਆ ਆਈਲੈਂਡ ਦਾ ਤੇ ਕੋਕੋਨਾਗਨ ਵੈਲੀ ਦਾ ਪਰ ਪਤਾ ਲੱਗ ਰਿਹਾ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਆ ਜਿਹੜੇ ਕੈਨੇਡਾ ਦੇ ਵੱਖ-ਵੱਖ ਥਾਵਾਂ ਦੇ ਉੱਤੇ ਸਾਹਮਣੇ ਆ ਰਹੇ ਜਿੱਥੇ ਮਾਤਾ ਪਿਤਾ ਵਿੱਚੋਂ ਦੋਵੇਂ ਇੱਕ ਜਣਾ ਵੈਕਸੀਨ ਲਵਾਉਣਾ ਚਾਹੁੰਦਾ ਤੇ ਦੂਜਾ ਵਿਰੋਧ ਕਰ ਰਿਹਾ ਮਾਮਲੇ ਅਦਾਲਤਾਂ ਵਿੱਚ ਨੇ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਉਹ ਖਬਰ ਅੱਜ ਤੱਕ ਚਰਚਾ ਦੇ ਵਿੱਚ ਆ ਤੇ ਉਹ ਜਿਹੜਾ ਮਾਮਲਾ ਸੀ ਅਜੇ ਤੱਕ ਵੀ ਨਿਬੜਿਆ ਨਹੀਂ ਤੁਹਾਨੂੰ ਯਾਦ ਹੋਊਗਾ ਕਿ ਵੈਨਕੂਵਰ ਦਾ ਜਿਹੜੀ ਹਿੰਦੂ ਕਮਿਊਨਿਟੀ ਆ ਇਹਨਾਂ ਨੂੰ ਇੱਕ ਇਤਰਾਜ਼ ਆ ਇਤਰਾਜ਼ ਇਹ ਆ ਕਿ ਇੱਕ ਬਿਜ਼ਨਸ ਚੱਲ ਰਿਹਾ ਜਿਹਦੇ ਵਿੱਚ ਭਗਵਾਨ ਗਣੇਸ਼ ਦੇ ਨਾਂ ਦੀ ਗਲਤ ਵਰਤੋਂ ਕੀਤੀ ਗਈ ਆ ਇੱਕ ਬਿਗ ਡਿਕ એનર્ਜੀ ਕੋਚਿੰਗ ਨਾਂ ਦੀ ਵੈਬਸਾਈਟ ਕਹ ਲਓ ਜਾਂ ਪੋਡਕਾਸਟ ਆ ਜਿਹੜਾ ਚੱਲ ਰਿਹਾ ਲਾਈਫ ਕੋਚਿੰਗ ਆ ਤੇ ਰਿਲੇਸ਼ਨਸ਼ਿਪ ਐਂਡ ਪੈਸ਼ਨ ਮੈਨੇਜਮੈਂਟ ਤੋਂ ਦੱਸਦੇ ਆ ਕਿ ਉਹ ਕਰਾਉਂਦੇ ਆ ਜਾਂ ਦੂਜੇ ਸ਼ਬਦਾਂ ਕਿਹਾ ਜਾਵੇ ਕਿ ਉਹ ਤੁਹਾਡੇ ਜਿਹੜੀ ਕਾਮਸ਼ਕਤੀ ਆ ਉਹਦੇ ਸਬੰਧੀ ਕੋਈ ਉਹ ਟੀਚ ਕਰਦੇ ਆ ਤੇ ਉਹਦੇ ਵਿੱਚੋਂ ਭਗਵਾਨ ਗਣੇਸ਼ ਦੀ ਮੂਰ ਜਿਹੜਾ ਚਿੱਤਰ ਆ ਉਹਨੂੰ ਵਰਤ ਰਹੇ ਆ ਤੇ ਇਸ ਮਾਮਲੇ ਦੇ ਉੱਤੇ ਵੈਨਕੂਵਰ ਤੇ ਦੇ ਆਲੇ-ਦੁਆਲੇ ਰਹਿੰਦੀ ਹਿੰਦੂ ਕਮਿਊਨਿਟੀ ਨੂੰ ਉਤਰਾਜ ਆ ਤੇ ਉਹ ਚਾਹੁੰਦੇ ਆ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਬੰਦ ਕੀਤਾ ਜਾਵੇ ਇੰਡੀਆ ਕਲਚਰਲ ਐਸੋਸੀਏਸ਼ਨ ਆਫ ਵੈਨਕੂਵਰ ਜਾਨੀ ਕਿ ਆਈਸੀਏ ਉਹਨਾਂ ਨੇ ਇੱਕ ਚੇਂਜ.org ਪਟੀਸ਼ਨ ਲਾਂਚ ਕੀਤੀ ਆ ਤੇ ਉਹ ਇਹ ਕਹਿ ਰਹੇ ਆ ਕਿ ਇਸ ਕੰਪਨੀ ਨੂੰ ਬੰਦ ਕਰਨ ਦੇ ਲਈ ਜਿਹੜੀ ਇਹ ਸਿਰਫ ਇਹਦਾ ਨਾਮ ਯੂਜ਼ ਨਾ ਕੀਤਾ ਜਾਵੇ ਪਟੀਸ਼ਨ ਦੇ ਉੱਤੇ ਹੁਣ ਤੱਕ 4000 ਸਿਗਨੇਚਰ ਹੋ ਚੁੱਕਿਆ ਆ ਆਈਸੀਏ ਵੈਨਕੂਵਰ ਨੇ ਇੱਕ ਇਹ ਵੀ ਕਿਹਾ ਕਿ ਇਹ ਬਹੁਤ ਡਿਸਰੈਸਪੈਕਟਫੁਲ ਆ ਕਿ ਸਾਡੇ Hindu ਕਮਿਊਨਿਟੀ ਦੇ ਜਿਹੜੇ ਜਿਹੜੇ ਸਾਡੇ ਦੇਵੀ ਦੇਵਤੇ ਨੇ ਜਿਹੜੇ ਗॉड ਨੇ ਉਹਨਾਂ ਦੇ ਨਾਂ ਦੀ ਗਲਤ ਵਰਤੋਂ ਕੀਤੀ ਜਾ ਰਹੀ ਆ ਔਰ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਬੰਦ ਕੀਤਾ ਜਾਣਾ ਚਾਹੀਦਾ ਉਹਨਾਂ ਦੇ ਲੋਕਾਂ ਨੇ ਬਹੁਤ ਸਾਰਿਆਂ ਨੇ ਇਸ ਬਿਜ਼ਨਸ ਨੂੰ ਅਪਰੋਚ ਕੀਤਾ ਕਿਉਂਕਿ ਬਿਜ਼ਨਸ ਜਿਹੜਾ ਹੈ ਫਿਜ਼ੀਕਲ ਬਿਜ਼ਨਸ ਨਹੀਂ ਹੈ ਕਿਤੇ ਦੁਕਾਨ ਨਹੀਂ ਹੈ ਕੋਈ ਇਸ ਤਰ੍ਹਾਂ ਦਾ ਨਹੀਂ ਚੱਲ ਰਿਹਾ ਇੱਕ ਆਨਲਾਈਨ ਬਿਜ਼ਨਸ ਆ ਤੇ ਆਨਲਾਈਨ ਬਿਜ਼ਨਸ ਕਿੱਥੋਂ ਚੱਲ ਰਿਹਾ ਕਿਸ ਤਰੀਕੇ ਨਾਲ ਚੱਲ ਰਿਹਾ ਇਹਦੇ ਬਾਰੇ ਵੀ ਕੁਝ ਨਹੀਂ ਪਤਾ ਉਹ ਕਹਿੰਦੇ ਉਹਨਾਂ ਨੂੰ ਜਿਹੜਾ ਅਸੀਂ ਕਿਹਾ ਵੀ ਇਹਨੂੰ ਤੁਸੀਂ ਚੇਂਜ ਕਰ ਲਓ ਪਰ ਉਹ ਮੰਨਦੇ ਨਹੀਂ ਆ ਕਿਹਾ ਜਾ ਰਿਹਾ ਕਿ ਕੈਨੇਡਾ ਇੱਕ ਮਲਟੀਕਲਚਰਲ ਸੁਸਾਇਟੀ ਆ ਤੇ ਇੱਥੇ ਹਰ ਇੱਕ ਨੂੰ ਜਿਹੜਾ ਪਰ ਇੱਥੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਵੀ ਧਰਮ ਦੀ ਕਿਸੇ ਜਿਹੜੀ ਰਿਲੀਜੀਅਨ ਦੀ ਡਿਸਰੈਸਪੈਕਟ ਕਰਦੇ ਹੋ ਤੇ ਕੈਨੇਡੀਅਨ ਮਲਟੀਕਲਚਰਿਜ਼ਮ ਐਕਟ ਜਿਹੜਾ 1988 ਦੇ ਵਿੱਚ ਅਡਾਪਟ ਕੀਤਾ ਗਿਆ ਸੀ ਇਹ ਕਲੀਅਰਲੀ ਮਲਟੀਕਲਚਰਲਿਜ਼ਮ ਨੂੰ ਅਕਨੋਲਜ ਕਰਦਾ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਦੀ ਜਾਣ ਬੁੱਝ ਕੇ ਜਿਹੜੀ ਆ ਬੇਇੱਜ਼ਤੀ ਕਰੋ ਜਦੋਂ ਉਹਨਾਂ ਨੇ ਆਪਣਾ ਇਤਰਾਜ਼ ਜਤਾ ਚੁੱਕਿਆ ਇਸ ਵੈਬਸਾਈਟ ਦੇ ਉੱਤੇ ਉਸ ਵੈਬਸਾਈਟ ਦੇ ਉੱਤੋਂ ਭਗਵਾਨ ਗਣੇਸ਼ ਦਾ ਨਾਮ ਅਜੇ ਵੀ ਹਟਾਇਆ ਨਹੀਂ ਜਾ ਰਿਹਾ ਆਈਸੀਏ ਵੈਨਕੂਵਰ ਨੂੰ ਇਦਾਂ ਲੱਗਦਾ ਆ ਕਿ ਇਹ ਜਿਹੜਾ ਵੀ ਬਿਜ਼ਨਸ ਆ ਇਹ ਪਰਪਸਲੀ ਇਸ ਚੀਜ਼ ਨੂੰ ਜਾਣ ਬੁੱਝ ਕੇ ਕਰ ਰਿਹਾ ਜਦੋਂ ਕਿ ਇਹਦੇ ਤੋਂ ਬਚਿਆ ਜਾ ਸਕਦਾ ਆ ਅਜੇ ਤੱਕ ਜਿਹੜਾ ਕੰਪਨੀ ਦੇ ਓਨਰਸ ਆ ਉਹਨਾਂ ਨੂੰ ਕੋਈ ਵੀ ਇਸ ਤਰ੍ਹਾਂ ਦਾ ਰਿਸਪੌਂਸ ਉਹਦੇਲੇ ਪਾਸਿਓਂ ਨਹੀਂ ਆਇਆ ਬਿਜ਼ਨਸ ਜਿਹੜਾ ਆ ਇਹ ਔਨਲਾਈਨ ਕੰਡਕਟ ਕੀਤਾ ਜਾਂਦਾ ਆ ਇਹ ਜਿਹੜੀ ਡੋਮੇਨ ਦੀ ਸਾਈਟ ਆ ਇਹ ਸਰੀ ਦੇ ਵੇਸ਼ ਦਸੀ ਜਾਂਦੀ ਆ ਇਹਦਾ ਜਿਹੜਾ ਐਡਰੈਸ ਆ ਉਹ ਸਰੀ ਦੇ ਵਿੱਚ ਦੱਸਿਆ ਜਾ ਰਿਹਾ ਲੈਂਗਲੀ ਦੇ ਵਿੱਚ ਇਸ ਬਿਜ਼ਨਸ ਦਾ ਐਡਰੈਸ ਆ ਇਹ ਹਿੰਦੂ ਕਮਿਊਨਿਟੀ ਇਸ ਵੇਲੇ ਇਤਰਾਜ਼ ਕਰ ਰਹੀ ਆ ਜਿਹੜਾ ਕਿ ਜਾਇਜ਼ ਵੀ ਆ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਬੰਦ ਕੀਤਾ ਜਾਵੇ ਪਰ ਅਜੇ ਤੱਕ ਇਹ ਲਗਾਤਾਰ ਜਦੋਂ ਦੀ ਅਸੀਂ ਤੁਹਾਡੇ ਨਾਲ 2 ਹਫ਼ਤੇ ਪਹਿਲਾਂ ਦੀ ਖਬਰ ਸਾਂਝੀ ਕੀਤੀ ਸੀ ਉਹਦੇ ਤੋਂ ਲੈ ਕੇ ਹੁਣ ਤੱਕ ਕਈ ਵਿਰੋਧ ਪ੍ਰਦਰਸ਼ਨ ਵੀ ਹੋ ਚੁੱਕੇ ਆ ਪਟੀਸ਼ਨ ਵੀ ਸਾਈਨ ਕੀਤੀ ਜਾ ਰਹੀ ਆ ਵੱਖ-ਵੱਖ ਥਾਵਾਂ ਦੇ ਉੱਤੇ ਹਿੰਦੂ ਕਮਿਊਨਿਟੀ ਆਪਣੀ ਮੰਗ ਵੀ ਰੱਖ ਰਹੀ ਆ ਪਰ ਅਜੇ ਤੱਕ ਇਹਦੇ ਮਾਮਲੇ ਦੇ ਵਿੱਚ ਕੁਝ ਵੀ ਹੋਇਆ ਨਹੀਂ ਸਰੀ ਦੇ ਵਿੱਚ ਪਿਛਲੇ ਕੁਝ ਸਮੇਂ ਦੇ ਵਿੱਚ ਸਰੀ ਤੇ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਗੋਲੇ ਚੱਲਣ ਦੀਆਂ ਘਟਨਾਵਾਂ ਵਾਪਰ ਰਹੀਆਂ। ਕੱਲ ਸ਼ਾਮ ਫਰੇਜ਼ਰ ਹਾਈਟਸ ਦੇ ਵਿੱਚ ਜਿਹੜੀਆਂ ਗੋਲੀਆਂ ਦੋ ਜਣਿਆਂ ਨੂੰ ਲੱਗੀਆਂ ਸੀ ਤੇ ਇੱਕ ਦੋਵੇਂ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਦੇ ਵਿੱਚੋਂ ਇੱਕ ਦੀ ਮੌਤ ਦੀ ਖ਼ਬਰ ਆ ਗਈ ਆ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਪੰਜਾਬੀ ਨੌਜਵਾਨ ਜੁਬਰਾਜ ਜੱੱਬਲ ਜਿਹਦੀ ਉਮਰ 24 24 ਸਾਲ ਆ ਉਹਦੀ ਜਿਹੜੀ ਮੌਤ ਹੋ ਗਈ ਆ ਇਸ ਨੌਜਵਾਨ ਦੇ ਉੱਤੇ ਪਹਿਲਾਂ ਵੀ ਹਮਲਾ ਕੀਤਾ ਗਿਆ ਸੀ। ਘਟਨਾ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਇੱਕ ਕੁੜੀ ਤੇ ਮੁੰਡਾ ਜਿਹੜੇ 20ਵਿਆਂ ਦੇ ਸ਼ੁਰੂ ਦੇ ਵਿੱਚ ਜਿਨ੍ਹਾਂ ਦੀ ਉਮਰ ਦੱਸੀ ਜਾਂਦੀ ਹੈ ਸਰੀ ਦੇ ਫਰੇਜ਼ਰ ਹਾਈਟਸ ਨੇਬਰਹੂਡ ਦੇ ਵਿੱਚ ਮੰਗਲਵਾਰ ਰਾਤ ਨੂੰ ਉੱਥੇ ਗੋਲੀਆਂ ਚੱਲੀਆਂ ਸੀ ਪੁਲਿਸ ਆਈ ਸੀ ਤੇ ਜਿਹਦੇ ਵਿੱਚ ਬਾਅਦ ਜਾ ਕੇ ਇਸ ਨੌਜਵਾਨ ਦੀ ਜਿਹਦਾ ਨਾਮ ਜੁਬਰਾ ਜੱਪਲ ਦੱਸਿਆ ਜਾ ਰਿਹਾ ਹੈ ਦੀ ਮੌਤ ਹੋ ਗਈ ਸੀ ਉੱਥੇ yellow tape ਲੱਗੀ ਰਹੀ ਕਾਫੀ ਦਿਨ ਬੁੱਧਵਾਰ ਨੂੰ ਵੀ 168 ਸਟਰੀਟ ਤੇ 104 ਐਵੇਨਿਊ ਦੇ ਇੰਟਰਸੈਕਸ਼ਨ ਦੇ ਉੱਤੇ ਜਿਹੜਾ ਕੋਆਪ ਗੈਸ ਸਟੇਸ਼ਨ ਦੇ ਉੱਤੇ ਪੁਲਿਸ ਤੇ ਹੋਰ ਆਫੀਸਰ ਜਿਹੜੇ ਆ ਉਹ ਉੱਥੇ ਸੀਗੇ ਅੱਧੀ ਰਾਤ ਨੂੰ ਜਦੋਂ ਉਹਨਾਂ ਨੂੰ ਲੱਗਿਆ ਸੀ ਕਿ ਦੋ ਜਣਿਆਂ ਦੇ ਉੱਤੇ ਗੋਲੀ ਚੱਲੀ ਆ ਇਹ ਵੀ ਸਾਫ਼ ਤੌਰ ਤੇ ਪੁਲਿਸ ਨੇ ਉਸੇ ਦਿਨ ਹੀ ਦੱਸ ਦਿੱਤਾ ਸੀ ਕਿ ਜਿਹੜੇ ਵਿਕਟਮ ਆ ਨੌਨ ਟੂ ਪੁਲਿਸ ਆ ਭਾਵੇਂ ਪਹਿਲਾਂ ਇਹਨਾਂ ਮਾਮਲਿਆਂ ਦੇ ਵਿੱਚ ਸਾਹਮਣੇ ਆ ਚੁੱਕੇ ਆ ਪੁਲਿਸ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੀ ਆ ਸ਼ੁਰੂ ਦੇ ਵਿੱਚ ਇੰਡੀਕੇਸ਼ਨ ਇਹ ਮਿਲ ਗਈ ਸੀ ਕਿ ਜਿਹੜੀ ਇਹ ਸ਼ੂਟਿੰਗ ਆ ਇਹ ਲੋਅਰ ਲੋਅਰ ਮੇਨਲੈਂਡ ਗੈਂਗ ਕਨਫਲਿਕਟ ਦੇ ਨਾਲ ਕਿਤੇ ਨਾ ਕਿਤੇ ਜਿਹੜੀ ਜੁੜਦੀ ਆ ਤੇ ਸਰੀ ਆਰਸੀਐਮਪੀ ਦਾ ਸੀਰੀਅਸ ਕ੍ਰਾਈਮ ਜੁਨਟ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਿਹਾ ਕਿ ਸਾਰਾ ਮਾਮਲਾ ਸੀ ਕਿ ਉਸ ਦਿਨ ਹੀ ਦੱਸਿਆ ਜਾ ਰਿਹਾ ਸੀ ਕਿ ਲਾਈਫ ਥ੍ਰੈਟਨਿੰਗ ਇੰਜਰੀਜ਼ ਹੈਗੀਆਂ ਆ ਤੇ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੀ ਇਹਦੇ ਵਿੱਚ ਇੰਗੇਜ ਆ ਇਹ ਸਾਰੇ ਕੁਝ ਨੂੰ ਲੱਭਣ ਦੇ ਲਈ ਸਰੀ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਾਂ ਇਹਦੇ ਆਲੇ ਦੋਲੇ ਜਿੰਨੀਆਂ ਵਾਰਦਾਤਾਂ ਹੋਈਆਂ ਆ ਉਹਦਾ ਸਬੰਧ ਐਸ ਵਿਲੇ ਜਿਹੜੀ ਗੈਂਗ ਹਿੰਸਾ ਚੱਲ ਰਹੀ ਹੈ ਇਹਦੇ ਨਾਲ ਜਿਹੜੀ ਗੈਂਗ ਵਾਰ ਦੋ ਗੈਂਗ ਨੇ ਜਿਹੜੇ ਮੇਨ ਬਰਦਰਸ ਕੀਪਰ ਤੇ ਯੂਨ ਗੈਂਗ ਇਹਨਾਂ ਦੋਵਾਂ ਦੇ ਵਿਚਕਾਰ ਲੜਾਈ ਦਾ ਨਤੀਜਾ ਦੱਸਿਆ ਜਾ ਰਿਹਾ ਇੱਕ ਇਹਦੇ ਵਿੱਚੋਂ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤੇ ਪੁਲਿਸ ਇਸ ਵੇਲੇ ਲੋਕਾਂ ਕੋਲੋਂ ਇਹ ਮੰਗ ਰਹੀ ਹੈ ਜੇ ਕਿਸੇ ਕੋਲ ਉਸ ਏਰੀਏ ਦੀ ਉਸ ਰਾਤ ਦੀ ਕੋਈ ਫੁਟੇਜ ਹੋਵੇ ਵੀਡੀਓ ਫੁਟੇਜ ਕਿਸੇ ਦੀ ਕਾਰ ਦੇ ਉੱਤੇ ਡੈਸ਼ ਕੈਮ ਲੱਗਿਆ ਆ ਤਾਂ ਉਹ 604 599 0502 ਜਾਂ ਕ੍ਰਾਈਮ ਸਟਾਪਰਸ ਦੇ ਉੱਤੇ ਜਿਹੜਾ ਉਹਨਾਂ ਨੂੰ ਕਾਲ ਕਰਕੇ ਦੱਸ ਸਕਦੇ ਆ ਸੋ ਇੱਕ ਹੋਰ ਇਹਦੇ ਨਾਲ ਹੀ ਜਿਹੜੀ ਘਟਨਾ ਕੱਲ੍ਹ ਵਾਪਰੀ ਆ ਸਰੀ ਦੇ ਨਾਲ ਗੁਆਂਢੀ ਸ਼ਹਿਰ ਲੈਂਗਲੀ ਆ ਉਹਦੀ 224 ਸਟਰੀਟ ਤੇ 16 ਐਵੈਨਿਊ ਦੇ ਉੱਤੇ ਇੱਕ Laash ਲੱਭੀ ਆ ਔਰ ਇਹ Laash ਦੱਸਿਆ ਜਾ ਰਿਹਾ ਇੱਕ ਸਾਬਕਾ ਕਬੱਡੀ ਪ੍ਰਮੋਟਰ ਦੀ ਆ ਜਿਹਦਾ ਨਾਂ ਕਿਸੇ ਨਾ ਕਿਸੇ ਤਰ੍ਹਾਂ ਪਹਿਲਾਂ ਵੀ ਕਈ ਮਾਮਲਿਆਂ ਦੇ ਵਿੱਚ ਸਾਹਮਣੇ ਆਇਆ ਸੀ ਇਹਨਾਂ ਦੋਵਾਂ ਘਟਨਾਵਾਂ ਦਾ ਆਪਸ ਦੇ ਵਿੱਚ ਕੋਈ ਸਬੰਧ ਹੈਗਾ ਇਹਦੇ ਬਾਰੇ ਅਜੇ ਨਹੀਂ ਪਤਾ ਮੰਨਿਆ ਜਾ ਰਿਹਾ ਕਿ ਉਹ ਉਹਨੂੰ ਮਾਰ ਕੇ ਉੱਥੇ ਲੈਂਗਲੀ ਸੁੱਟ ਦਿੱਤਾ ਗਿਆ ਸੀ ਜਿਹੜਾ ਕਿ ਇੱਕ ਪੁਰਾਣਾ ਜਿਹੜਾ ਨੋਨ ਟੂ ਪੁਲਿਸ ਸੀਗਾ ਔਰ ਕਈ ਮਾਮਲਿਆਂ ਦੇ ਵਿੱਚੋਂ ਪਹਿਲਾਂ ਪੁਲਿਸ ਜਿਹੜੀ ਆ ਉਹਨੂੰ ਜਾਣਦੀ ਸੀ ਔਰ ਕਈ ਕੁਛ ਪਹਿਲਾਂ ਇਨਵੋਲਵ ਹੋ ਚੁੱਕਿਆ ਸੀ ਇਹ ਸਾਰੀਆਂ ਘਟਨਾਵਾਂ ਦਾ ਸਬੰਧ ਕਿਤੇ ਨਾ ਕਿਤੇ ਜਾ ਕੇ ਥਾਈਲੈਂਡ ਦੇ ਵਿੱਚ ਯੂਨਾਈਟਿਡ ਨੇਸ਼ਨ ਗੈਂਗਸਟਰ ਜਿਮੀ ਸੰਧੂ ਦੇ ਕਤਲ ਨਾਲ ਵੀ ਜੁੜਦਾ ਹੈ ਜਿਹੜਾ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿੰਦਾ ਹੁੰਦਾ ਸੀ 2016 ਦੇ ਵਿੱਚ ਉਹਨੂੰ ਡਿਪੋਰਟ ਕਰ ਦਿੱਤਾ ਸੀ ਇੰਡੀਆ ਦੇ ਵਿੱਚ ਰਹਿ ਰਿਹਾ ਸੀ ਫਿਰ ਕਦੇ ਥਾਈਲੈਂਡ ਰਹਿ ਰਿਹਾ ਸੀ ਕਦੇ ਦੁਬਈ ਰਹਿ ਰਿਹਾ ਸੀ ਕਦੇ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਇੱਥੇ ਵੀ ਦੱਸਣ ਵਾਲੀ ਗੱਲ ਹੈ ਕਿ ਸਾਰੇ ਗੈਂਗਸ ਦੇ ਜਿਹੜੇ ਲਿੰਕ ਨੇ ਇੱਕ ਦੂਜੇ ਦੇਸ਼ਾਂ ਨਾਲ ਜੁੜੇ ਨੇ ਇਹ ਸਾਰੇ ਇੱਕ ਦੂਜੇ ਨੂੰ ਆ ਜਾਣਦੇ ਨੇ ਸੰਧੂ ਜਿਮੀ ਸੰਧੂ ਬਹੁਤ ਲੰਬਾ ਸਮਾਂ ਯੂਨ ਗੈਂਗ ਦੇ ਵਿੱਚ ਉਹਦਾ ਬਹੁਤ ਵੱਡਾ ਪ੍ਰਭਾਵ ਰਿਹਾ ਸਾਊਥ-ਈਸਟ ਏਸ਼ੀਆ ਦੇ ਦੁਬਈ ਤੇ ਸਾਊਥ-ਈਸਟ ਏਸ਼ੀਆ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਇਹ ਯੂਨ ਗੈਂਗ ਜਿਹੜਾ ਇੱਕ ਉਹ ਵੱਡਾ ਗੈਂਗ ਆ ਜਿਹੜਾ ਬ੍ਰਦਰਸ ਕੀਪਰਸ ਦੇ ਨਾਲ ਪਿਛਲੇ ਸਾਲਾਂ ਦੇ ਵਿੱਚ ਲੜ ਰਿਹਾ ਹੈ ਬਰਦਰਸ ਕੀਪਰ ਗੈਂਗਸ ਪਹਿਲਾਂ ਜਿਹੜੇ ਬਹੁਤੇ ਨੌਜਵਾਨ ਸੀਗੇ ਜਿਹੜੇ ਇਹਦੇ ਵਿੱਚ ਸੀਗੇ ਉਹ ਯੂਨ ਗੈਂਗ ਦੇ ਜਿਹੜੇ ਬਰਦਰਸ ਕੀਪਰਸ ਗੈਂਗ ਦੇ ਵਿੱਚ ਸੀਗੇ ਪਹਿਲਾਂ ਯੂਨ ਦੇ ਵਿੱਚ ਹੀ ਸੀਗੇ ਬਾਅਦ ਵਿੱਚ ਇਹ ਬਰਦਰਸ ਕੀਪਰਸ ਦੇ ਵਿੱਚ ਚਲੇ ਗਏ ਸੀ ਇਹ ਸਾਰਾ ਗੈਂਗ ਕਨਫਲਿਕਟ ਕੀ ਆ ਇਹਨਾਂ ਸਾਰੀਆਂ ਘਟਨਾਵਾਂ ਦਾ ਆਪਸ ਵਿੱਚ ਕੋਈ ਸਬੰਧ ਹੈ ਜਾਂ ਨਹੀਂ ਕਿਉਂਕਿ ਜਦੋਂ ਜਿਮੀ ਸੰਧੂ ਦੀ ਮੌਤ ਹੋਈ ਆ ਉਹਦੇ ਤੋਂ ਬਾਅਦ ਉਹਦਾ ਕਤਲ ਹੋਇਆ ਉੱਥੇ ਥਾਈਲੈਂਡ ਦੇ ਵਿੱਚ ਉਹਦੇ ਤੋਂ ਬਾਅਦ ਵੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਬਹੁਤ ਕੁਝ ਪਾਇਆ ਸੀ ਜਿਹਦੇ ਵਿੱਚ ਉਹ ਦੱਸਿਆ ਜਾ ਰਿਹਾ ਕਿ ਸ਼ਾਇਦ ਇਹ ਉਹਦਾ ਬਦਲਾ ਲੈਣ ਦੇ ਲਈ ਕਾਰਵਾਈ ਕੀਤੀ ਗਈ ਆ థਾਈਲੈਂਡ ਦੇ ਵਿੱਚ ਇੱਕ ਬਹੁਤ ਵੱਡੇ ਬੰਗਲੋ ਦੇ ਵਿੱਚ ਰਹਿੰਦਾ ਸੀ ਤੇ ਉੱਥੇ ਉਹਦੀ ਮੌਤ ਕੀਤੀ ਮੌਤ ਜਿਹੜੀ ਆ ਉਹਦੀ ਉਹਨੂੰ ਗੋਲੀ ਮਾਰ ਦਿੱਤੀ ਗਈ ਤੇ ਇਹ ਵੀ ਮੰਨਿਆ ਜਾ ਰਿਹਾ ਕਿ ਉਹਨੂੰ ਮਾਰਨ ਦੇ ਵਿੱਚ ਜਿਹੜੇ ਕੁਝ ਫੋਰਨਰ ਸੀਗੇ ਉਹਨਾਂ ਦਾ ਹੱਥ ਸੀਗਾ ਜਿਨ੍ਹਾਂ ਕੋਲੋਂ ਉਹਨੂੰ ਜਿੰਮੀ ਸੰਧਰ ਨੂੰ ਮਰਵਾਇਆ ਗਿਆ ਕੀ ਇਹ ਮੌਤਾਂ ਉਹਦਾ ਬਦਲਾ ਆ ਇਹ ਆਪਸ ਦੇ ਵਿੱਚ ਕਿਸੇ ਤਰੀਕੇ ਨਾਲ ਜੁੜਦੀਆਂ ਜਾਂ ਨਹੀਂ ਪਰ ਗੱਲ ਬਹੁਤ ਚਿੰਤਾ ਵਾਲੀ ਹੈ। ਕਟਿੰਗ ਦੀਆਂ ਪਾਬੰਦੀਆਂ ਕੈਨੇਡਾ ਦੇ ਵਿੱਚ ਕਦੋਂ ਹਟਣਗੀਆਂ ਇਹਦੇ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਪਰ ਪਤਾ ਲੱਗ ਰਿਹਾ ਹੈ ਕਿ ਫੈਡਰਲ ਗਵਰਨਮੈਂਟ ਹੁਣ ਇਹ ਪੈਂਡੇਮਿਕ ਦੀਆਂ ਪਾਬੰਦੀਆਂ ਦੇ ਵਿੱਚ ਅਗਲੇ ਹਫਤੇ ਤਬਦੀਲੀ ਬਾਰੇ ਅਨਾਉਂਸਮੈਂਟ ਕਰ ਰਹੀ ਹੈ। ਸੋ ਅੱਜ ਅਸੀਂ ਸ਼ੁੱਕਰਵਾਰ ਨੂੰ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਅਗਲੇ ਹਫਤੇ ਕਿਸੇ ਵੇਲੇ ਵੀ ਜਿਹੜੀ ਫੈਡਰਲ ਸਰਕਾਰ ਆ ਉਹ ਦੱਸ ਦਊਗੀ ਕਿ ਇਹ ਪਾਬੰਦੀਆਂ ਕੀ ਕਦੋਂ ਚੱਕੀਆਂ ਜਾਣੀਆਂ। ਜਿਹੜਾ ਸਾਡੇ ਹੈਲਥ ਮਿਨਿਸਟਰ ਨੇ ਯੇ ਵੀ ਡੱਕਲਕਸ ਉਹਨਾਂ ਨੇ ਇਹ ਗੱਲ ਨੂੰ ਥੋੜਾ ਜਿਆ ਇਸ ਗੱਲ ਦਾ ਸਿਗਨਲ ਦਿੱਤਾ ਆ ਅੱਜ ਸ਼ੁੱਕਰਵਾਰ ਨੂੰ ਕਿ ਅਸੀਂ ਜਿਹੜਾ ਜਲਦੀ ਜਿਹੜੀ ਸਸਟੇਨੇਬਲ ਪਲਾਨ ਆ ਇੱਕ ਕੋਵਿਡ-19 ਨੂੰ ਮੈਨੇਜ ਕਰਨ ਦੇ ਲਈ ਉਹ ਲੈ ਕੇ ਅਗਲੇ ਹਫ਼ਤੇ ਸਾਹਮਣੇ ਆਵਾਂਗੇ ਹੋ ਸਕਦਾ ਅਗਲੇ ਹਫ਼ਤੇ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਚੱਕ ਦਿੱਤੀਆਂ ਜਾਣ ਔਰ ਮੰਨਿਆ ਜਾ ਰਿਹਾ ਕਿ ਟਰੈਵਲ ਰੈਸਟ੍ਰਿਕਸ਼ਨਸ ਜਿਹੜੀਆਂ ਬਹੁਤ ਸਾਰੀਆਂ ਚੱਕ ਦਿੱਤੀਆਂ ਜਾਣਗੀਆਂ ਜਿਵੇਂ ਭਾਰਤ ਨੇ ਬਹੁਤ ਸਾਰੀਆਂ ਟਰੈਵਲ ਰੈਸਟ੍ਰਿਕਸ਼ਨਸ ਚੱਕ ਦਿੱਤੀਆਂ ਕਿ ਇੱਥੋਂ ਕਿਸੇ ਨੇ ਜਾਣਾ ਨੂੰ ਕੋਵਿਡ-19 ਦੇ ਟੈਸਟ ਦੀ ਉਸ ਤਰੀਕੇ ਨਾਲ ਜ਼ਰੂਰ ਉਹ ਸਾਰਾ ਕੁਝ ਉਹਨਾਂ ਨੇ ਬਦਲ ਦਿੱਤਾ ਕੈਨੇਡਾ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਦਲ ਰਿਹਾ ਹੈ ਤੇ ਇਹ ਆਉਣ ਵਾਲੇ ਸੋਮਵਾਰ ਤੋਂ ਬਾਅਦ ਕਿਸੇ ਵੇਲੇ ਵੀ ਅਨਾਉਂਸਮੈਂਟ ਕੀਤੀ ਜਾ ਸਕਦੀ ਆ ਸਰਕਾਰ ਜਿਹੜੀ ਇਸ ਵੇਲੇ ਐਡਵਾਈਸ ਕਰ ਰਹੀ ਹੈ ਕਿ ਨਾਨ ਅਸੈਂਸ਼ੀਅਲ ਇੰਟਰਨੈਸ਼ਨਲ ਟਰੈਵਲ ਨਾ ਕੀਤਾ ਜਾਵੇ ਜਿਹੜਾ ਵੀ ਵਿਦਨ ਕੈਨੇਡਾ ਕਿਸੇ ਜਹਾਜ਼ ਰਾਹੀਂ ਜਾਂ ਟ੍ਰੇਨ ਰਾਹੀਂ ਟਰੈਵਲ ਕਰਦਾ ਜਾਂ ਬੋਟ ਰਾਹੀਂ ਟਰੈਵਲ ਕਰਦਾ ਉਹਦੇ ਵੈਕਸੀਨ ਲੱਗੀ ਹੋਣੀ ਚਾਹੀਦੀ ਆ ਕੋਵਿਡ-19 ਦੀ ਤੇ ਇੰਟਰਨੈਸ਼ਨਲ ਟਰੈਵਲਰ ਹੈਗੇ ਆ ਉਹਨਾਂ ਨੂੰ ਕੋਵਿਡ-19 ਦੀਆਂ ਟੈਸਟ ਰਿਕੁਆਇਰਮੈਂਟ ਵੀ ਹੈਗੀਆਂ ਅੱਜ ਨਿਊਜ਼ ਬਰੀਫਿੰਗ ਉਹ ਕਰ ਰਿਹਾ ਸੀ ਉਸ ਵਿੱਚ ਉਹਨੇ ਦੱਸਿਆ ਕਿ ਜਿਹੜੀ ਪੈਂਡੈਮਿਕ ਦੀ ਇਹ ਇਸ ਵੇਲੇ ਕਾਫੀ ਲੋ ਆ ਕੈਨੇਡਾ ਦੇ ਵਿੱਚ ਤੇ ਸਰਕਾਰ ਇਹਨੂੰ ਦੇਖ ਰਹੀ ਆ ਤੇ ਜਦੋਂ ਇਹ ਸਾਰਾ ਕੁਝ ਠੀਕ ਠਾਕ ਹੁੰਦਾ ਉਹਦੀ ਰੈਸਟ੍ਰਿਕਸ਼ਨਸ ਚੱਕ ਦਿੱਤੀਆਂ ਜਾਣਗੀਆਂ ਡਾਕਟਰ ਥ੍ਰੀਸਾ ਟਾਈਮ ਜਿਹੜੇ ਚੀਫ ਪਬਲਿਕ ਹੈਲਥ ਆਫੀਸਰ ਨੇ ਕੈਨੇਡਾ ਦੇ ਉਹਨਾਂ ਨੇ ਕਿਹਾ ਕਿ ਜਿਹੜੀ ਇਸ ਓਮਿਕਰੋਨ ਵੇਰੀਐਂਟ ਦੀ ਇਨਫੈਕਸ਼ੀਅਸ ਨੇਚਰ ਆ ਭਾਵੇਂ ਫੈਲਦਾ ਬਹੁਤ ਤੇਜ਼ੀ ਨਾਲ ਆ ਇਸ ਕਰਕੇ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਣਾ ਸਾਡੇ ਲਈ ਕਾਫੀ ਔਖਾ ਆ ਉਸੇ ਵੇਲੇ ਬਹੁਤ ਸਾਰੇ ਜਿਹੜੇ ਨਵੇਂ ਕੇਸਿਸ ਨੇ ਕੈਨੇਡਾ ਦੇ ਵਿੱਚ ਉਹਨਾਂ ਦੀ ਗਿਣਤੀ ਘਟੀ ਆ 11000 ਡੇਲੀ ਕੇਸ ਰਿਪੋਰਟ ਹੋਏ ਆ ਜਿਨ੍ਹਾਂ ਦੇ ਵਿੱਚ ਜਿਹੜੀ ਟੈਲੀ ਇਨਕੰਪਲੀਟ ਵੀ ਕੁਝ ਦੱਸੀ ਜਾ ਰਹੀ ਆ ਕੈਨੇਡਾ ਸਿੰਪਲੀ ਡਿਸਾਈਡ ਨਹੀਂ ਕਰ ਸਕਦਾ ਕਿ ਇਹ ਕੋਵਿਡ-19 ਦੀ ਰੈਸਟ੍ਰਿਕਸ਼ਨ ਚੱਕ ਦਿੱਤੀਆਂ ਜਾਣ ਜਿਹੜੇ ਲਗਭਗ ਰੋਜ਼ 130 ਲੋਕ ਕੋਵਿਡ-19 ਦੇ ਨਾਲ ਮਰ ਰਹੇ ਆ 8700 ਜਿਹੜੇ ਉਹਨਾਂ ਦੀ ਟ੍ਰੀਟਮੈਂਟ ਹੋ ਰਹੀ ਆ ਹਸਪੀਟਲ ਦੇ ਵਿੱਚ ਤੇ ਹਜ਼ਾਰ ਬੰਦਾ ਜਿਹੜਾ ਆ ਉਹ ਆਈਸੀਯੂ ਦੇ ਵਿੱਚ ਹੁੰਦਾ ਆ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦਾ ਰੈਕੋਰਡ ਇਹ ਗੱਲਬਾਤ ਦੱਸਦਾ ਆ ਜਿਹੜੀ ਕਿ ਅਜੇ ਵੀ ਨੰਬਰ ਕਾਫੀ ਹਾਈ ਦੱਸਿਆ ਜਾ ਰਿਹਾ ਬਹੁਤ ਸਾਰੇ ਪ੍ਰੋਵਿੰਸਸ ਨੇ ਉਹਨੇ ਆਪਣੇ ਫਿਊਚਰ ਪਲਾਨ ਜਾਰੀ ਕਰ ਦਿੱਤੇ ਆ ਤੇ ਇਹ ਵੀ ਕਹਿ ਦਿੱਤਾ ਕਿ ਵਾਇਰਸ ਨੇ ਹੁਣ ਗਾਹ ਨਹੀਂ ਜਾਣਾ ਇਹਨੇ ਇਸੇ ਤਰ੍ਹਾਂ ਟ੍ਰਾਂਸਮਿਟ ਹੋਈ ਜਾਣਾ ਤੇ ਇਹਦੇ ਨਾਲ ਜੀਣਾ ਜਿਹੜਾ ਉਹ ਸਿੱਖਣਾ ਪਊਗਾ ਕਈ ਪ੍ਰੋਵਿੰਸਸ ਨੇ ਰੈਸਟ੍ਰਿਕਸ਼ਨਸ ਚੱਕਣ ਦਾ ਫੈਸਲਾ ਕਰ ਦਿੱਤਾ ਅਗਲੇ ਹਫਤੇ ਕੈਨੇਡਾ ਦੀ ਫੈਡਰਲ ਸਰਕਾਰ ਵੀ ਅਨਾਉਂਸਮੈਂਟ ਕਰ ਦਊਗੀ ਜੇ ਉਸ ਦਿਨ ਰੈਸਟ੍ਰਿਕਸ਼ਨਸ ਨਾ ਚੱਕੀਆਂ ਤਾਂ ਘੱਟੋ-ਘੱਟ ਪਲਾਨ ਜਰੂਰ ਦੱਸ ਦਿੱਤਾ ਜਾਊਗਾ ਕਿ ਰੈਸਟ੍ਰਿਕਸ਼ਨਸ ਇਹ ਪਾਬੰਦੀਆਂ ਕਦੋਂ ਚੱਕੀਆਂ ਜਾਣੀਆਂ ਕੈਨੇਡਾ ਵਿੱਚ ਟਰੱਕਰਸ ਦਾ ਮਾਮਲਾ ਅਜੇ ਤੱਕ ਉਸੇ ਤਰ੍ਹਾਂ ਦਾ ਹੀ ਆ ਇਹ ਟਰੱਕਰ ਜਿਹੜਾ ਰੈਸਟ੍ਰਿਕਸ਼ਨਸ ਵਿਰੋਧੀ ਇੱਕ ਜਿਹੜਾ ਧਰਨਾ ਪ੍ਰਦਰਸ਼ਨ ਉੱਥੇ ਬਣ ਗਿਆ ਇਹਦੇ ਕਈ ਪੱਖ ਸਾਹਮਣੇ ਆ ਰਹੇ ਆ ਜਿਹੜੀ ਇਹਨਾਂ ਨੂੰ ਡੋਨੇਸ਼ਨ ਦਿੱਤੀ ਗਈ ਸੀ ਜਿਹੜੀ ਬਾਅਦ ਦੇ ਵਿੱਚ ਗੋ ਫੰਡ ਦੇ ਪੇਜ ਨੇ ਸੀਜ਼ ਕਰ ਦਿੱਤੀ ਸੀ ਉਸ ਮਾਮਲੇ ਦੇ ਵਿੱਚ ਜੇਕਰ ਟੌਪ 10 ਡੋਨੇਸ਼ਨਸ ਦਿੱਤੀਆਂ ਦੇਖੀਆਂ ਜਾ ਰਹੀਆਂ ਕਿ ਕਿੱਥੋਂ ਆਈਆਂ ਤਾਂ ਉਹਨਾਂ ਦੇ ਵਿੱਚੋਂ ਬਹੁਤਿਆਂ ਅਨਨੋਨ ਨੇ ਭਾਵ ਕਿ ਉਹ ਕਿੱਥੋਂ ਆਈਆਂ ਇਹਦੇ ਬਾਰੇ ਕੁਝ ਪਤਾ ਹੀ ਨਹੀਂ ਅਨੋਨਿਮਸ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਸਭ ਤੋਂ ਵੱਡੀ ਡੋਨੇਸ਼ਨ ਆਉ 215000 ਡਾਲਰ ਦੀ ਇੱਕ ਵਿਅਕਤੀ ਨੇ ਦਿੱਤੀ ਹੈ 215000 ਅਨੋਨਿਮਸ ਡੋਨੇਸ਼ਨ ਕਿ ਜਿਹਦਾ ਪਤਾ ਹੀ ਨਹੀਂ ਕੌਣ ਹੈ ਡੋਨੇਸ਼ਨ ਦੇ ਗਿਆ ਹੁਣ ਇਹ ਲਿੰਕਾਂ ਦੀ ਜਾਣ ਪਛਾਣ ਕੀਤੀ ਜਾ ਰਹੀ ਹੈ ਇਹਦੇ ਬਾਰੇ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਕੀ ਇਹਨਾਂ ਦਾ ਸਬੰਧ ਕਿਤੇ ਹੋਰ ਜਾ ਕੇ ਜੁੜਦਾ ਹੈ ਸੱਚਮੁੱਚ ਟਰੱਕਰਸ ਦਾ ਜਿਹੜਾ ਵੈਕਸੀਨ ਦਾ ਰੌਲਾ ਸੀ ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਸੀਗੀ ਅਨਟੈਰੀਓ ਦੇ ਜਿਹੜੇ اٹਾਰਨੀ ਜਨਰਲ ਆ ਉਹਨਾਂ ਨੇ ਵੀ ਕੋਰਟ ਆਰਡਰ ਦੇ ਨਾਲ ਇਹ ਫ੍ਰੀਜ਼ ਕਰ ਦਿੱਤਾ ਸੀ ਫੰਡਸ ਸਾਰੇ ਕਿ ਜਿਹੜੇ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਅਮਰੀਕਨ ਵੈਬਸਾਈਟ ਆ ਗਿਵਸ ਐਂਡ ਗੋ ਉਹਦੇ ਉੱਤੇ ਡੋਨੇਸ਼ਨ ਤੇ ਦੂਜੀਆਂ ਨਾਲ ਸਾਰਿਆਂ ਨੂੰ ਫ੍ਰੀਜ਼ ਕਰਨ ਦੇ ਬਾਰੇ ਪਰ ਫੇਰ ਵੀ ਇਸ ਹੱਦ ਤੱਕ ਜਿਹੜੀ ਫੰਡਿੰਗ ਅਜੇ ਵੀ ਆ ਰਹੀ ਆ ਅ ਐਸ਼ਵੈਲ ਇਹ ਜਿਹੜੀ ਕਨੈਕਸ਼ਨ ਹੈ ਇਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਯੋਕ ਜਸਟਨ ਟ੍ਰੂਡੋ ਹੋਣਾਂ ਨੇ ਇੱਕ ਵਾਰਨਿੰਗ ਵੀ ਪ੍ਰੋਟੈਸਟਰਸ ਨੂੰ ਇਸ਼ੂ ਕੀਤੀ ਆ ਕਿ ਤੁਸੀਂ ਇਸ ਤਰੀਕੇ ਦੇ ਨਾਲ ਸਰਕਾਰ ਦੇ ਮੈਂਡੇਟਸ ਦਾ ਵਿਰੋਧ ਨਹੀਂ ਕਰ ਸਕਦੇ ਉਹ ਕਹਿੰਦੇ ਅਸੀਂ ਤੁਹਾਨੂੰ ਸੁਣ ਲਿਆ ਤੇ ਤੁਸੀਂ ਹੁਣ ਵਾਪਸ ਜਾਓ ਤੇ ਤੁਸੀਂ ਅਸੀਂ ਜਿਹੜਾ ਜੇ ਤੁਹਾਡੇ ਤੁਸੀਂ ਇਹ ਨਹੀਂ ਚਾਹੁੰਦੇ ਕਿ ਤੁਹਾਡੇ ਲਾਇਸੈਂਸ ਜਿਹੜੇ ਲੈ ਲਏ ਜਾਣ ਜਾਂ ਤੁਹਾਡਾ ਕ੍ਰਿਮੀਨਲ ਰੈਕੋਰਡ ਬਣ ਜਵੇ ਜਿਹਦੇ ਨਾਲ ਤੁਹਾਡੀ ਨੌਕਰੀ ਦੇ ਉੱਤੇ ਤੁਹਾਡੀ ਰੋਜ਼ੀ-ਰੋਟੀ ਦੇ ਉੱਤੇ ਅਸਰ ਪਵੇ ਤੇ ਤੁਸੀਂ ਯੂਐਸ ਇੰਟਰਨੈਸ਼ਨਲੀ ਟਰੈਵਲ ਵੀ ਨਾ ਕਰ ਸਕੋ ਤੇ ਤੁਸੀਂ ਵਾਪਸ ਚਲੇ ਜਾਓ ਉਹ ਕਹਿੰਦੇ ਸੀ ਤੁਹਾਡੀ ਫ੍ਰਸਟ੍ਰੇਸ਼ਨ ਕੋਵਿਡ-19 ਦੇ ਪਾਬੰਦੀਆਂ ਦੇ ਸਬੰਧ ਵਿੱਚ ਸੁਣ ਲਈ ਹੈ ਤੇ ਹੁਣ ਤੁਸੀਂ ਆਪਣੇ ਆਪਣੇ ਘਰ ਚਲੇ ਜਾਓ ਇਹ ਰਮਾਰਕ ਉਸ ਵੇਲੇ ਆਇਆ ਸ਼ੁੱਕਰਵਾਰ ਨੂੰ ਅੱਜ ਘੰਟਾਕ ਬਾਅਦ ਜਦੋਂ ਟੈਰੀਓ ਦੇ ਪ੍ਰੀਮੀਅਰ ਨੇ ਡਿਕਲੇਅਰ ਕਰ ਦਿੱਤੀ ਸਟੇਟ ਆਫ ਐਮਰਜੈਂਸੀ ਬਲਾਕੇਡਸ ਆਟਵਾ ਤੇ ਯੂਐਸ ਬਾਰਡਰ ਜਦੋਂ ਦਾ ਬੰਦ ਹੋਇਆ ਉਹਦੇ ਤੋਂ ਬਾਅਦ ਅ ਤੇ অন্ਟੇਰੀਓ ਦੇ ਪ੍ਰੀਮੀਅਰ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈ ਡੱਗਫੋਰਡ ਨੇ ਕਿਹਾ ਕਿ ਉਹ ਜਿਹੜੀ ਪ੍ਰੋਵਿੰਸ਼ਲ ਕੈਬਨਟ ਆ ਉਹਦੇ ਨਾਲ ਇਹ ਸਾਰੀ ਗੱਲਬਾਤ ਕਰ ਰਹੇ ਆ ਤੇ ਇਹ ਦੱਸਿਆ ਜਾ ਰਿਹਾ ਕਿ ਇਹ ਸਾਰਾ ਕੁਝ ਜੋ ਕੁਝ ਇਹ ਟਰੱਕਰਜ਼ ਕਰ ਰਹੇ ਆ ਇਲੀਗਲ ਆ ਇਹ ਪਨਿਸ਼ੇਬਲ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਵਸਤਾਂ ਦੀ ਆਉਣ ਜਾਣ ਨੂੰ ਰੋਕਣਾ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਇਹ ਗਲਤ ਆ ਤੇ ਇਸ ਮਾਮਲੇ ਦੇ ਵਿੱਚ ਉਹ ਕਹਿੰਦੇ ਅਸੀਂ ਆਪਣੀ ਬਣਦੀ ਕਾਰਵਾਈ ਕਰਾਂਗੇ ਜਸਨ ਟਰੂਡੋ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਵੀ ਸ਼ੁੱਕਰਵਾਰ ਨੂੰ ਗੱਲਬਾਤ ਕੀਤੀ ਆ ਤੇ ਬਾਰਡਰ ਸਟ੍ਰਕਚਰਸ ਬਾਰੇ ਵੀ ਗੱਲਬਾਤ ਕੀਤੀ ਆ ਤੇ ਇਹ ਵੀ ਮੰਨਿਆ ਕਿ ਇਹਦਾ ਸਿੱਧਾ ਪ੍ਰਭਾਵ ਲੋਕਾਂ ਦੀਆਂ ਆਮ ਜ਼ਿੰਦਗੀਆਂ ਦੇ ਉੱਤੇ ਪੈ ਰਿਹਾ ਟਰੂਡੋ ਨੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਅਸੀਂ ਜਲਦੀ ਇਸ ਮਸਲੇ ਦਾ ਹੱਲ ਕੱਢ ਕੇ ਇਹਨੂੰ ਖਤਮ ਕਰ ਰਹੇ ਹਾਂ ਟ੍ਰੱਕਾਂ ਦੇ ਵਿੱਚ ਬਹੁਤ ਸਾਰੇ ਬੱਚੇ ਨੇ ਇਹ ਵੀ ਜਿਹੜੀ ਪੁਲਿਸ ਦੇ ਲਈ ਇੱਕ ਵੱਡੀ ਸਮੱਸਿਆ ਬਣ ਰਹੀ ਆ ਕਿ ਉਹ ਕਿਸੇ ਕਿਸਮ ਦਾ ਉੱਥੇ ਤੱਕਾ ਨਹੀਂ ਕਰ ਸਕਦੇ ਤੇ ਉੱਥੇ ਉਹਨਾਂ ਨੂੰ ਜ਼ਬਰਦਸਤੀ ਨਹੀਂ ਹਟਾ ਸਕਦੇ ਕਿਉਂਕਿ ਬੱਚਿਆਂ ਦੀ ਸੇਫਟੀ ਦਾ ਮਾਮਲਾ ਆ ਤੇ ਇਹ ਵੀ ਹੋ ਸਕਦਾ ਕਿ ਬੱਚੇ ਇਸ ਕਰਕੇ ਜਾਣਬੁੱਝ ਕੇ ਉਹਨਾਂ ਨੇ ਉੱਥੇ ਰੱਖਿਆ ਕਿ ਤਾਂਕਿ ਇਸ ਗੱਲ ਦੇ ਵਿੱਚ ਪੁਲਿਸ ਨੂੰ ਦਿੱਕਤ ਆਵੇ ਸਿਟੀ ਆਫ ਵਿੰਡਸਰ ਜਿਹੜਾ ਯੂ ਐਸ ਬਾਰਡਰ ਆ ਉੱਥੇ ਜਿਹੜੀ ਬਾਅਦ ਦੁਪਹਿਰ ਹੀਅਰਿੰਗ ਜਿਹੜੀ ਇਸ ਮਾਮਲੇ ਦੇ ਉੱਤੇ ਫਰੀਡਮ ਕਨਵੇਏ ਦੇ ਮਾਮਲੇ ਦੇ ਉੱਤੇ ਹੋਈ ਆ ਤੇ ਕਿੰਨੇ ਜਿਹੜੇ ਦਰਜਣਾਂ ਦੇ ਟਰੱਕ ਉਸ ਅੰਬੈਸਟਰ ਬ੍ਰਿਜ ਦੇ ਉੱਤੇ ਹੈਗੇ ਆ ਤੇ ਬੈਸਟਰ ਬ੍ਰਿਜ ਦੇ ਉੱਤੇ ਬਹੁਤ ਵੱਡਾ ਜਿਹੜਾ ਚੀਜ਼ਾਂ ਦਾ ਆਦਾਨ-ਪ੍ਰਦਾਨ ਕੈਨੇਡਾ ਅਮਰੀਕਾ ਦੇ ਵਿੱਚ ਹੁੰਦਾ ਹੈ ਹੁਣ ਹੌਲੀ-ਹੌਲੀ ਗੱਲਬਾਤ ਚੱਲ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਤਰ੍ਹਾਂ ਇਸ ਧਰਨੇ ਨੂੰ ਖਤਮ ਕਰ ਦਿੱਤਾ ਜਾਵੇ ਕੋਵਿਡ-19 ਬਾਰੇ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਇੱਕੋ ਹੀ ਫਿਕਰ ਲੱਗਾ ਰਿਹਾ ਵੀ ਇਹ ਖਤਮ ਹੋਣਾ ਕਦੋਂ ਆ ਇਹਦੀ ਰਫ਼ਤਾਰ ਘਟ ਚੁੱਕੀ ਆ ਇਹਦੀ ਚਰਚਾ ਵੀ ਜਿਹੜੀ ਹੋ ਰਹੀ ਆ ਇਸ ਵੇਲੇ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਹੁਣ ਖਤਮ ਹੋ ਜਾਣਾ ਇਹ ਇਹਦੇ ਇਹਦੀ ਵਜ੍ਹਾ ਜਿਹੜੀ ਹੈ ਮੰਨੀ ਜਾ ਰਹੀ ਹੈ ਕਿ ਓਮਿਕਰੋਨ ਜਿਹਦੇ ਕਰਕੇ ਜ਼ਿਆਦਾ ਫੈਲ ਰਿਹਾ World Health Organization ਦੀ ਚੀਫ ਸਾਇੰਟਿਸਟ ਆ ਸੁਮੇਯਾ ਸੁਆਮੀਨਾਥਨ ਉਹਨਾਂ ਨੇ ਇਹਨੂੰ ਲੈ ਕੇ ਇੱਕ ਵੱਡੀ ਚੇਤਾਵਨੀ ਦਿੱਤੀ ਆ ਬਲੂਮਬਰਗ ਦੇ ਨਾਲ ਸੁਆਮੀਨਾਥਨ ਦੀ ਡਾਕਟਰ ਸੁਆਮੀਨਾਥਨ ਦੀ ਗੱਲਬਾਤ ਹੋਈ ਆ ਜਿਹਦੇ ਵਿੱਚ ਉਹਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਆ ਪਹਿਲਾ ਉਹਨੂੰ ਸਵਾਲ ਇਹ ਪੁੱਛਿਆ ਗਿਆ ਇਹ ਸਵਾਲ ਜਿਹੜੇ ਬਲੂਮਬਰਗ ਦੇ ਉੱਤੇ ਪ੍ਰੈਸਪੇ ਆ ਇਹ ਤੁਹਾਡੇ ਸਾਡੇ ਸਵਾਲ ਵੀ ਨੇ ਪਹਿਲਾ ਸਵਾਲ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਜਿਹੜਾ ਇਹ ਕਦੋਂ ਖਤਮ ਹੋਊਗਾ ਇੰਟਰਵਿਊ ਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਇਸ ਮਹਾਮਾਰੀ ਦਾ ਅੰਤ ਕਦੋਂ ਹੋਊਗਾ ਤੇ ਇਹਦੇ ਵਿੱਚ ਇਸ ਵਿਗਿਆਨੀ ਨੇ ਕਿਹਾ ਕਿ ਇਹਦਾ ਜਵਾਬ ਅਜੇ ਤੱਕ ਫਿਲਹਾਲ ਕਿਸੇ ਦੇ ਕੋਲ ਵੀ ਨਹੀਂ ਆ ਇਹ ਮਹਾਮਾਰੀ ਆਪਣੇ ਖਤਮ ਹੋਣ ਦੀਆਂ ਅਫਵਾਹਾਂ ਦੇ ਉੱਤੇ ਭਰੋਸਾ ਕਰਨ ਦੀ ਬਜਾਏ ਸਾਨੂੰ ਸਤਰਕ ਕਰਨਾ ਚਾਹੀਦਾ ਇਹ ਜਿਹੜਾ ਇਹਨੂੰ ਛੱਡ ਦੇਣਾ ਸਾਡੀ ਬੇਵਕੂਫੀ ਹੋਊਗੀ ਤੇ ਕਰੋਨਾ ਦਾ ਨਵਾਂ ਵੇਰੀਐਂਟ ਹੋ ਕਿੰਦੀ ਕਿਸੇ ਵੇਲੇ ਵੀ ਸਾਹਮਣੇ ਆ ਸਕਦਾ ਅਸੀਂ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਵਾਪਸ ਜਾ ਸਕਦੇ ਹਾਂ ਸਾਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਕਿ ਉਮੀਦ ਆ 2022 ਦੇ ਅੰਤ ਤੱਕ ਸਥਿਤੀ ਕਾਫੀ ਬਿਹਤਰ ਹੋ ਜਾਊਗੀ ਖਤਮ ਹੋਣ ਬਾਰੇ ਹਜੇ ਤੱਕ ਉਹਨਾਂ ਨੇ ਕੁਝ ਨਹੀਂ ਕਿਹਾ ਪਰ ਇਹਨਾਂ ਜ਼ਰੂਰ ਮੰਨਿਆ ਕਿ 2022 ਦੇ ਅੰਤ ਤੱਕ ਸਥਿਤੀ ਬਿਹਤਰ ਹੋ ਜਾਊਗੀ ਹੁਣ ਇਹ ਕਿੰਨੀ ਕੁ ਬਿਹਤਰ ਹੁੰਦੀ ਹੈ ਇਹ ਦੇਖਣ ਵਾਲੀ ਗੱਲ ਆ ਦੂਜਾ ਇਹ ਵੀ ਆ ਕਿ ਇਹ ਵੀ ਉਹਨਾਂ ਨੂੰ ਪੁੱਛਿਆ ਗਿਆ ਕਿ ਜਿਹੜੀ ਇਹ ਮਹਾਮਾਰੀ ਆ ਇਹਦੇ ਸਬੰਧ ਦੇ ਵਿੱਚ ਸਾਇੰਸ ਤੇ ਰਾਜਨੀਤੀ ਨੂੰ ਤੁਹਾਨੂੰ ਆਪਸ ਦੇ ਵਿੱਚ ਕਿੱਦਾਂ ਜੋੜਦੇ ਆ ਅ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਬਹੁਤ ਹੈਰਾਨੀ ਹੁੰਦੀ ਹੈ ਇਸ ਮਾਮਲੇ ਦੇ ਵਿੱਚ ਕਿ ਇਸ ਮਹਾਮਾਰੀ ਦੇ ਦੌਰਾਨ ਵਿਗਿਆਨਕਾਂ ਤੇ ਵਿਗਿਆਨ ਦੇ ਉੱਤੇ ਹਮਲੇ ਹੁੰਦੇ ਦੇਖਿਆ ਇਹਦੇ ਨਾਲ ਸਾਨੂੰ ਨਿਰਾਸ਼ਾ ਹੋਈ ਆ ਲੋਕਾਂ ਨੇ ਵਿਗਿਆਨ ਤੇ ਲੋਕਾਂ ਦੀ ਸਿਹਤ ਦੇ ਉੱਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਆ ਤਾਂ ਕਿ ਉਹ ਅਸਲੀਅਤ ਸਮਝ ਆ ਜਾਵੇ ਸਵਾਲ ਇਹ ਵੀ ਕੀਤਾ ਗਿਆ ਕਿ ਜਿਹੜੇ ਅਮੀਰ ਦੇਸ਼ ਆ ਉਹਨਾਂ ਨੂੰ ਵੈਕਸੀਨ ਦੀ ਇੱਕ ਤੋਂ ਡਿਆਜ਼ਾ ਜ਼ਿਆਦਾ ਡੋਜ਼ ਮਿਲ ਰਹੀ ਆ ਜਿੱਥੇ ਜਿਹੜੇ ਗਰੀਬ ਦੇਸ਼ ਆ ਉਹ ਇਸ ਮਾਮਲੇ ਦੇ ਵਿੱਚ ਸਟਰਗਲ ਕਰ ਰਹੇ ਆ ਕਿ ਇਦੇ ਨਾਲ ਕੋਈ ਨਵਾਂ ਵੇਰੀਐਂਟ ਬਣਨ ਦੀ ਸੰਭਾਵਨਾ ਹੈਗੀ ਆ ਉਹ ਕਹਿੰਦੇ ਫਿਲਹਾਲ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਵੈਕਸੀਨ ਬਹੁਤ ਜ਼ਿਆਦਾ ਆ africa ਦੇ ਕਈ ਦਰੀਬ ਦੇਸ਼ਾਂ ਕੋਲ ਵੈਕਸੀਨ ਦੀ ਕਮੀ ਆ africa ਦੇ 85% ਲੋਕਾਂ ਨੂੰ ਹਜੇ ਤੱਕ ਵੈਕਸੀਨ ਦੀ ਪਹਿਲੀ ਡੋਜ਼ ਵੀ ਨਹੀਂ ਲੱਗੀ ਇਸ ਕਰਕੇ ਕਰੋਨਾ ਦੇ ਨਵੇਂ ਵੇਰੀਐਂਟ ਸਾਹਮਣੇ ਆ ਸਕਦੇ ਆ ਤੇ ਇਹ ਇਸ ਕਰਕੇ ਸਾਰੇ ਵੈਕਸੀਨ ਲਗਣੀ ਬਹੁਤ ਜ਼ਰੂਰੀ ਆ ਇਹ ਵੀ ਉਹਨਾਂ ਨੂੰ ਪੁੱਛਿਆ ਗਿਆ ਬਿਜੜੀ ਉਹ ਗੱਲਬਾਤ ਸ਼ੁਰੂ ਦੇ ਵਿੱਚ ਚੱਲੀ ਸੀ ਕਿ ਵੁਹਾਨ ਲੈਬ ਦੇ ਵਿੱਚੋਂ ਇਹ ਵਾਇਰਸ ਲੀਕ ਹੋਇਆ ਸੀ ਮੁੜ ਕੇ ਉਹ ਗੱਲਬਾਤ ਨਹੀਂ ਸੁਣੀ ਕਿ ਉਹ ਗੱਲ ਖਤਮ ਹੋ ਗਈ ਡਾਕਟਰ ਸ਼ਰਮੀਨਾਥ ਨੇ ਕਿਹਾ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਜਿਹੜੀ ਟੀਮ ਨੇ ਚੀਨ ਦਾ ਦੌਰਾ ਕੀਤਾ ਸੀ ਉਹਨੇ ਵਾਇਰਸ ਨੂੰ ਜਾਨਵਰਾਂ ਤੋਂ ਇਨਸਾਨ ਦੇ ਵਿੱਚ ਟਰਾਂਸਫਰ ਹੋਣ ਦੀ ਸੰਭਾਵਨਾ ਜ਼ਿਆਦਾ ਲੱਗੀ ਸੀ ਇਹ ਜਾਨਵਰ ਜੰਗਲੀ ਸੀ ਜਾਂ ਪਾਲਤੂ ਸੀ ਜਿਹੜੇ ਇਹ ਪੰਛੀ ਸੀਗੇ ਜਾਂ ਚਮਗਿੱਦੜ ਸੀਗੇ ਇਹ ਕਹਿੰਦੇ ਕਹਿਣਾ ਮੁਸ਼ਕਲ ਆ ਮਤਲਬ ਇਹ ਆ ਕਿ ਇਹ ਇਹ ਹਾਲਾਂਕਿਉਂ ਕਹਿੰਦੇ ਦਾ ਮਤਲਬ ਇਹ ਨਹੀਂ ਕਿ ਲੈਬ ਲੀਕ ਹੋ ਰਹੀ ਸਕਦਾ ਪਰ ਇਸ ਵਿਸ਼ੇ ਦੇ ਉੱਤੇ ਹੋਰ ਰਿਸਰਚ ਕਰਨ ਦੀ ਜ਼ਰੂਰਤ ਆ ਇਹ ਜਿਹੜਾ ਓਮਿਕਰੋਨ ਵੇਰੀਐਂਟ ਬਾਰੇ ਜਦੋਂ ਉਹਨੂੰ ਪੁੱਛਿਆ ਤਾਂ ਉਹਦੇ ਬਾਰੇ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਵਾਇਰਸ ਜਿਹੜੇ ਆ ਜਾਨਵਰਾਂ ਤੋਂ ਇਨਸਾਨਾਂ ਦੇ ਵੀ ਟਰਾਂਸਫਰ ਹੁੰਦੇ ਆ ਜੇ ਜਿਹੜੇ ਜਾਨਵਰ ਦੇ ਵਿੱਚ ਕਿਹੜਾ ਵਾਇਰਸ ਆ ਗਿਆ ਪਤਾ ਕਰਨ ਦੇ ਲਈ ਕਈ ਸਾਲ ਲੱਗ ਜਾਂਦੇ ਆ ਉਹ ਕਹਿੰਦੇ ਸਾਰਸ ਤੇ ਮਰਸ ਨਾਮ ਦੇ ਦੋ ਕਰੋਨਾ ਵਾਇਰਸ ਜਿਹੜੇ ਹੈਗੇ ਆ ਉਹ ਸਿਵਲ ਕੈਟ ਤੇ ਊਠਾਂ ਤੋਂ ਇਨਸਾਨ ਦੇ ਵਿੱਚ ਆਇਆ ਵਿਗਿਆਨਕ ਇਹ ਸਮਝਣ ਦੇ ਵਿੱਚ ਕਈ ਸਾਲ ਲੱਗੇ ਇਸੇ ਤਰ੍ਹਾਂ ਐਚ ਆਈ ਵੀ ਵਾਇਰਸ ਚ ਪੰਜੀ ਤੋਂ ਟਰਾਂਸਫਰ ਹੋਇਆ ਇਹ ਜਿਹੜਾ ਪਤਾ ਲਾਉਣ ਦੇ ਲਈ ਵੀ ਬਹੁਤ ਸਾਰਾ ਸਮਾਂ ਲੱਗ ਗਿਆ ਸੀ ਸੋ ਅਜੇ ਤੱਕ ਇਹਦੇ ਬਾਰੇ ਨਹੀਂ ਕੁਝ ਕਿਹਾ ਜਾ ਸਕਦਾ ਕਿ ਇਹ ਉਥੋਂ ਲੈਬ ਚੋਂ ਲੀਕ ਹੋਇਆ ਜਾਂ ਜਾਨਵਰਾਂ ਤੋਂ ਇਨਸਾਨਾਂ ਦੇ ਵਿੱਚ ਫੈਲਿਆ ਜੇ ਫੈਲਿਆ ਤਾਂ ਕਿਦਾਂ ਫੈਲਿਆ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਇੱਕ ਵਾਰ ਫੇਰ ਚਰਚਾ ਦੇ ਵਿੱਚ ਆ ਤੇ ਇੱਕ ਨਵਾਂ ਵਿਵਾਦ ਉਹਨਾਂ ਦੇ ਨਾਂ ਨਾਲ ਜੁੜ ਗਿਆ। ਸਾਬਕਾ ਰਾਸ਼ਟਰਪਤੀ 트੍ਰੰਪ ਦੇ ਉੱਤੇ આરોਪ ਲੱਗਾ ਕਿ ਜਦੋਂ ਇਹ ਅਮਰੀਕਾ ਦੇ ਰਾਸ਼ਟਰਪਤੀ ਸੀ ਤਾਂ ਬਹੁਤ ਸਾਰੇ ਕਾਗਜ਼ ਪੱਤਰ ਜਿਹੜੇ ਕੰਮ ਦੇ ਹੁੰਦੇ ਸੀ ਉਹਨਾਂ ਨੂੰ ਫਾੜ ਕੇ ਫਲਸ਼ ਕਰ ਦਿੰਦੇ ਸੀ। 트੍ਰੰਪ ਨੇ ਬਹੁਤ ਸਾਰੇ ਜ਼ਿਆਦਾ ਕਾਗਜ਼ਾਂ ਨੂੰ ਇੱਕ ਵਾਰੀ ਇੰਨੇ ਜ਼ਿਆਦਾ ਕਾਗਜ਼ ਪਾੜ ਕੇ ਫਲਸ਼ ਕਰ ਦਿੱਤੇ ਕਿ ਜਿਸ ਦੀ ਵਜ੍ਹਾ ਨਾਲ ਵਾਈਟ ਹਾਊਸ ਦਾ ਟਾਇਲਟ ਜਾਮ ਹੋ ਗਿਆ। ਡੋਨਲਡ 트럼ਪ ਰਾਸ਼ਟਰਪਤੀ ਰਹਿਣ ਤੋਂ ਬਾਅਦ ਕਈ ਵਾਰ ਉਹਨਾਂ ਨੇ ਆਪਣੇ ਪ੍ਰੋਟੋਕਾਲ ਦਾ ਲੰਘਣ ਕੀਤਾ ਪ੍ਰੋਟੋਕਾਲ ਮਤਲਬ ਜਿਹੜੀਆਂ ਚੀਜ਼ਾਂ ਰਾਸ਼ਟਰਪਤੀ ਨੂੰ ਨਹੀਂ ਕਰਨੀਆਂ ਚਾਹੀਦੀਆਂ ਸੀ ਉਹ ਉਹਨਾਂ ਨੇ ਕੀਤੀਆਂ ਹੁਣ ਇਸ ਵਾਰ ਜਿਹੜਾ ਮਾਮਲਾ ਆ ਉਹ ਪ੍ਰੈਜ਼ੀਡੈਂਸ਼ੀਅਲ ਰਿਕਾਰਡ ਨੂੰ ਸਾਂਭਣ ਦਾ ਜਿਹੜਾ ਨੈਸ਼ਨਲ ਆਰਕਾਈਵ ਆ ਉਹਦੇ ਨਾਲ ਜੁੜਿਆ ਹੈ ਨੈਸ਼ਨਲ ਆਰਕਾਈਵ ਇਹ ਚਾਹੁੰਦਾ ਕਿ ਸਾਬਕਾ ਰਾਸ਼ਟਰਪਤੀ ਦੂਸਰੇ ਮਾਮਲਿਆਂ ਵਾਂਗੂ ਇਹ ਜਿਹੜੀ ਕਾਗਜ਼ ਪਾੜਨ ਦੀ ਆਦਤ ਸੀ ਇਹਦੀ ਵੀ ਦੁਬਾਰਾ ਜਾਂਚ ਹੋਣੀ ਚਾਹੀਦੀ ਹੈ 트럼ਪ ਤੇ ਜਿਹੜੇ ਉਹਨਾਂ ਦੇ ਉੱਤੇ ਅਫੀਸ਼ੀਅਲ ਡਾਕੂਮੈਂਟਸ ਨੂੰ ਫਲੋਰੀਡਾ ਭੇਜਣ ਦੇ આરોਪ ਵੀ ਲੱਗਦੇ ਰਹੇ ਆ ਕੈਪੀਟਲ ਹਿੱਲ ਜਿਹੜੀ ਹਿੰਸਾ ਹੋਈ ਸੀ ਉਸ ਦਿਨ ਦੀਆਂ ਕਾਲ ਡਿਟੇਲਸ ਵੀ ਗਾਇਬ ਦੱਸੀਆਂ ਜਾਂਦੀਆਂ ਕੈਪੀਟਲ ਹਿੱਲ ਹਿੰਸਾ ਦੀ ਜਾਂਚ ਕਰ ਰਿਹਾ ਪੈਨਲ ਦੇ ਸਾਹਮਣੇ ਕਈ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਕਿ 6 ਜਨਵਰੀ ਜਾਨੀ ਜਿਸ ਦਿਨ ਅਮਰੀਕਾ ਦੇ ਵਿੱਚ ਕੈਪੀਟਲ ਹਿੱਲ ਦੇ ਉੱਤੇ ਹਮਲਾ ਹੋਇਆ ਸੀ ਉੱਥੇ ਹਿੰਸਾ ਹੋਈ ਸੀ ਉਸ ਦਿਨ ਤੋਂ ਵਾਈਟ ਹਾਊਸ ਦੇ ਕੁਝ ਅਫੀਸ਼ੀਅਲ ਫੋਨ ਲੌਗਸ ਕਿੰਨੇ ਫੋਨ ਆਏ ਕਿੰਨੇ ਫੋਨ ਗਏ ਉਹ ਡਾਟਾ ਨਹੀਂ ਮਿਲ ਰਿਹਾ ਇਸ ਵਜ੍ਹਾ ਤੋਂ ਵੀ ਸਾਬਕਾ ਰਾਸ਼ਟਰਪਤੀ 트ੰਪ ਦੇ ਉੱਤੇ ਇਸ ਵੇਲੇ ਸਵਾਲ ਉੱਠ ਰਹੇ ਆ ਜਾਂਚ ਕਰਨ ਵਾਲੇ ਨੂੰ ਹਜੇ ਤੱਕ ਸਬੂਤ ਨਹੀਂ ਮਿਲ ਰਿਹਾ ਜਿਹਦੇ ਕਰਕੇ ਇਹ ਪਤਾ ਲੱਗ ਸਕੇ ਕਿ ਕਿਹੜਾ ਆਫੀਸ਼ੀਅਲ ਰਿਕਾਰਡ ਦੇ ਨਾਲ ਛੇੜਛਾੜ ਕੀਤੀ ਗਈ ਸੀ 트ੰਪ ਅਕਸਰ ਆਪਣੀ ਗੱਲਬਾਤ ਦੇ ਵਿੱਚ ਜਿਹੜੇ ਆਪਣੀ ਸੈੱਲ ਫੋਨ ਦਾ ਹੀ ਇਸਤੇਮਾਲ ਕਰਦੇ ਸੀ ਆਮ ਤੌਰ ਦੇ ਤੇ ਪ੍ਰੈਜ਼ੀਡੈਂਸ਼ੀਅਲ ਜਿਹੜੀ ਕਮਿਊਨੀਕੇਸ਼ਨ ਆ ਉਹਦੇ ਦੀਆਂ ਕਈ ਪ੍ਰਬੰਧ ਹੁੰਦੇ ਆ ਪਰ ਉਹਨਾਂ ਨੇ ਇਹਨਾਂ ਪ੍ਰਬੰਧਾਂ ਨੂੰ ਕਹਿੰਦੇ ਫਾਲੋ ਨਹੀਂ ਕੀਤਾ ਜਿਹੜੇ ਬਹੁਤ ਸਾਰੇ ਅਫੀਸ਼ੀਅਲ ਕਾਲਡ ਡਿਟੇਲਸ ਮਿਸ ਹੋਣ ਦੀ ਜਾਂਚ ਟੀਮ ਆ ਉਸ ਤੋਂ ਬਾਅਦ ਇਹ ਸਾਹਮਣੇ ਆਈ ਹੈ ਕਈ ਜਿਹੜੇ ਦਸਤਾਵੇਜ਼ ਆ ਉਹ ਆਪਣੇ ਨਾਲ ਜਿਹੜੇ ਡਾਕੂਮੈਂਟਸ ਸੀਗੇ ਜਦੋਂ ਆਪਣੇ ਰਾਸ਼ਟਰਪਤੀ ਨਹੀਂ ਰਹੇ ਸੀ ਉਸ ਤੋਂ ਬਾਅਦ 15 ਬਾਕਸ ਆਪਣੇ ਨਾਲ ਲੈ ਗਏ ਸੀ ਇਹ ਗੱਲਬਾਤ ਵੀ ਇਸ ਵੇਲੇ ਸਾਹਮਣੇ ਆਈ ਹੈ ਔਰ ਇਹ ਸਾਰਾ ਮਾਮਲਾ ਜਿਹੜਾ ਪਿੱਛੇ ਜੇ ਇੱਕ ਕਿਤਾਬ ਛਪੀ ਆ ਉਸ ਕਿਤਾਬ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਾਹਮਣੇ ਆ ਰਹੀ ਹੈ ਕਿ ਇਹ ਰਾਸ਼ਟਰਪਤੀ ਦੀਆਂ ਜਿਹੜੀਆਂ ਸਬਕ ਰਾਸ਼ਟਰਪਤੀ ਦੀਆਂ ਇਹ ਕੁਝ ਆਦਤਾਂ ਸਿਗੀਆਂ ਇਹ ਇਸ ਤਰ੍ਹਾਂ ਦੀਆਂ ਸਿਗੀਆਂ ਤੇ ਜਿਹਦੇ ਕਰਕੇ ਉਹਨਾਂ ਨੂੰ ਇਸ ਵੇਲੇ ਉਹਨਾਂ ਦੇ ਉੱਤੇ ਇਹ ਦੋਸ਼ ਲੱਗ ਰਹੇ ਆ ਕਿ ਉਹਨਾਂ ਨੇ ਬਹੁਤ ਸਾਰੇ ਕਾਗਜ਼ ਪੱਤਰਾਂ ਨੂੰ ਪਾੜ ਕੇ ਟਾਇਲਟ ਦੇ ਵਿੱਚ ਫਲਸ਼ ਕਰ ਦਿੱਤਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ